ਬੈਂਸ ਦਾ ਇਲਾਕਾ ਮੰਨਿਆ ਜਾਂਦਾ ਇਲਾਕਾ ਤੇ ਗੁਰਦੀਪ ਸਿੰਘ ਗੋਸ਼ਾ ਉਸੇ ਦਿਨ ਹੀ ਉਸ ਜਗ੍ਹਾ ਤੇ ਸੇਵਾ ਕਰਨ ਕਿਉਂ ਜਾਂਦਾ ਮੀਡੀਆ ਕਿਉਂ ਉੱਥੇ ਜਾ ਰਹੀ ਸੀ ਇਲਾਕਾ ਕਿਹੜਾ ਸੀ ਤੁਸੀਂ ਆਪਣੇ ਮੂੰਹੋਂ ਦਰਸ਼ਕਾਂ ਨੂੰ ਰਿੰਕਾ ਜੀ ਤੁਸੀਂ ਮੰਨ ਲਓ ਰੋਜ਼ ਦਿਖਾਉਂਦੇ ਹੋ ਮੰਨ ਲਓ ਮੇਰੀ ਕੋਈ ਚੀਜ਼ ਦਿਖਾਤੀ ਕਮਜ਼ੋਰੀ ਦਿਖਾਤੀ ਮੈਂ ਤੁਹਾਡੇ ਨਾਲ ਲੜਨ ਆਵਾਂਗਾ ਜੀ ਇਹ ਗੱਲ ਜਾਇਜ਼ ਨਹੀਂ ਇਲਾਕਾ ਲੁਧਿਆਣਾ ਹੈ ਪ੍ਰੈਸ ਦਾ ਕੰਮ ਹੈ ਸਾਡੀਆਂ ਗਲਤੀਆਂ ਕੱਢਣਾ ਸਾਡੀਆਂ ਕਮਜ਼ੋਰੀਆਂ ਕੱਢਣਾ ਸਾਡੀ ਕਮਜ਼ੋਰੀਆਂ ਅਸੀਂ ਠੀਕ ਕਰੀਏ ਜੀ ਉਹ ਆਮ ਲੋਕ ਪਬਲਿਕ ਪ੍ਰਾਪਰਟੀ ਹੈ ਗਲੀ ਕਿਸੇ ਦੇ ਮਾਂ ਪਿਓ ਦੀ ਕੋਈ ਰਜਿਸਟਰੀ ਨਹੀਂ ਕੀਤੀ ਹੋਈ ਆਪਾਂ ਲੋਕਾਂ ਨੇ ਮਤਦਾਨ ਦਿੱਤਾ ਮਤਦਾਨ ਮਤ ਨਾਲ ਦਾਨ ਦਿੱਤਾ ਤੇ ਜਿਹਨੂੰ ਅਸੀਂ ਮਤ ਨਾਲ ਦਾਨ ਦਿੱਤਾ ਸਾਡੇ ਸਿਰ ਤੇ ਚੜ ਕੇ ਨੱਚੂਗਾ ਸੰਗਤ ਨਾਲ ਬਦਤਮੀਜ਼ੀ ਗੁਰਦੀਪ ਸਿੰਘ ਗੋਸ਼ੇ ਨੇ ਕੀਤੀ ਹੈ ਤੇ ਉਸ ਤੋਂ ਬਾਅਦ ਲੋਕਾਂ ਨੇ ਗੁਰਦੀਪ ਸਿੰਘ ਗੋਸ਼ੇ ਨੂੰ ਸਬਕ ਸਿਖਾਇਆ ਗੁਰੂ ਦੀ ਸੰਗਤ 'ਚ ਬਹੁਤ ਨਿਮਰਤਾ ਹੁੰਦੀ ਹੈ ਬੜੀ ਹਲੀਮੀ ਹੁੰਦੀ ਹੈ ਬੜਾ ਪਿਆਰ ਹੁੰਦਾ ਸੰਗਤ ਜਿਹੜੀ ਗੁਰੂ ਦੀ ਇੱਕ ਹੁੰਦੀ ਭੈੜੀ ਸੰਗਤ ਕਹਿੰਦੇ ਨੇ ਬੰਦਾ ਕੁਸੰਗਤ 'ਚ ਪੈ ਗਿਆ ਭੈੜੀ ਸੰਗਤ 'ਚ ਪੈ ਗਿਆ ਭੈੜੀ ਸੰਗਤ ਹੈ ਸੋ ਗਾਲੀ ਗਲੋਚ ਕਿਵੇਂ ਸ਼ੁਰੂ ਹੋਈ ਸੀ ਇਹ ਜਵਾਬ ਤੁਹਾਡੇ ਮੰਗਣਾ ਪਤਾ ਕਿੰਨੇ ਕੋਲ ਬਣਦਾ ਸਿਮਰ ਬੈਸ ਕੋਲ ਆਵੇ ਇੱਥੇ ਡਰਦਾ ਕਿਉਂ ਹੁਣ ਪ੍ਰੈਸ ਤੋਂ ਭੱਜਦਾ ਕਿਉਂ ਜਦੋਂ ਉਹਨੇ ਅਸੀਂ ਕਾਗਜ਼ ਦਿਖਾਏ ਤੇ ਉਹ ਕਹਿੰਦਾ ਤੂੰ ਮੇਰੇ ਹਲਕੇ 'ਚ ਕਿੱਦਾਂ ਵੜ ਗਿਆ ਤੈਨੂੰ ਜੁੱਤੀਆਂ ਪੈਣਗੀਆਂ ਜੀ ਜਦੋਂ ਮੈਂ ਕਿਹਾ ਜੁੱਤੀਆਂ ਤਾਂ ਪੈਣਗੀਆਂ ਬਲਤਕਾਰੀਆਂ ਬਲਤਕਾਰੀ ਕਹਿ ਕੇ ਕਿਸੇ ਨੂੰ ਬੁਲਾਉਂਗੇ ਤਾਂ ਅਗਲਾ ਇਸੇ ਤਰ੍ਹਾਂ ਹੀ ਜਵਾਬ ਦੇਗਾ ਇਹ ਉਸ ਭੈਣ ਦੀ ਹਾਏ ਲੱਗ ਰਹੀ ਹੈ ਜਿਹੜੀ ਭੈਣ ਨੂੰ ਭੈੜ ਬਣਾ ਕੇ ਜਿਹਦੀ ਇੱਜ਼ਤ 'ਤੇ ਹੱਥ ਪਾਇਆ ਇਨਸਾਫ ਦਾ ਮਤਲਬ ਹੁੰਦਾ ਦੂਜਿਆਂ ਨੂੰ ਇਨਸਾਫ ਦੇਣਾ ਕਿ ਆਪਣੇ ਘਰ ਜੇ ਆਪ ਕਰੇ ਉਹਦਾ ਇਨਸਾਫ ਕੋਈ ਨਹੀਂ ਦੇਣਾ ਵੀ ਇਹ ਬੱਚੇ ਲੈ ਕੇ ਆਪਣੇ ਦਰਬਾਰ ਸਾਹਿਬ ਚੜ੍ਹ ਕੇ ਸਹੁੰ ਚੱਕ ਲਵੇ ਅਤੇ ਕਿਉਂ ਨਹੀਂ ਜਾਂਦਾ ਜਾਵੇ ਇਹ ਤਾਂ ਕਹਿੰਦਾ ਸੀ ਮੈਂ 3 ਦਿਨ 'ਚ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਦੂੰਗਾ ਨਵੰਬਰ ਦੀ ਗੱਲ ਹੈ ਹੁਣ ਮਹੀਨਾ ਕਿਹੜਾ ਚੱਲ ਰਿਹਾ 7 ਮਹੀਨੇ ਹੋ ਗਏ ਅਤੇ ਹੁਣ ਦੁੱਧ ਦੁੱਧ ਪਾਣੀ ਦਾ ਪਾਣੀ ਨਹੀਂ ਹੋਇਆ ਗੁਰਦੀਪ ਸਿੰਘ ਗੋਸ਼ਾ ਜਿਹੜੇ ਕਿ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਬਹੁਤ ਸਹਿਨਸ਼ੀਲਤਾ ਦੇ ਨਾਲ ਕੰਮ ਕਰਦਾ ਸਹਿਨਸ਼ੀਲਤਾ ਮੇਰੇ ਅੰਦਰ ਹੈ ਉਹਨਾਂ ਵੱਲੋਂ ਕਿਤੇ ਨਾ ਕਿਤੇ ਪ੍ਰਵੋਕ ਕੀਤਾ ਜਾਂਦਾ ਹੈ ਬੈਂਸ ਨੂੰ ਤੇ ਪ੍ਰਵੋਕ ਤੋਂ ਬਾਅਦ ਹੈ ਜਿਹੜਾ ਕਿ ਜਵਾਬੀ ਕਾਰਵਾਈ ਤੁਹਾਡੇ ਤੇ ਹੁੰਦੀ ਹੈ ਤੇ ਤੁਸੀਂ ਉਸ ਤੋਂ ਬਾਅਦ ਭੱਜ ਜਾਂਦੇ ਹੋ ਉੱਥੋਂ ਰਿੰਕਾ ਜੀ 3 ਘੰਟੇ ਬਾਅਦ ਮੀਡੀਆ ਦੇ ਵਿੱਚ ਇਹਨੇ ਬਿਆਨ ਦਿੱਤਾ ਕਿ ਮੈਂ ਉੱਥੇ ਹੈ ਹੀ ਨਹੀਂ ਸੀ ਜੀ ਮੇਰੀ ਤਾਂ ਵੀਡੀਓ ਇਹਨਾਂ ਨੇ ਐਡਿਟ ਕਰਕੇ ਜੋ ਮਰਜ਼ੀ ਪਾ ਸਕਦੇ ਆ ਭੱਜਣਾ ਇਹਨੂੰ ਕਹਿੰਦੇ ਆ ਸੋ ਇੱਥੇ ਉਸ ਵੀਡੀਓ ਦੀ ਗੱਲ ਕਰਾਂਗੇ ਜਿਸ ਵੀਡੀਓ ਦੇ ਵਿੱਚ ਤੁਹਾਡੇ ਚਪੇੜਾਂ ਪੈਂਦੀਆਂ ਨਜ਼ਰ ਆਉਂਦੀਆਂ ਨੇ ਕਿ ਇੱਕ ਲੀਡਰ ਨੂੰ ਗਾਲਾਂ ਕੱਢਣੀਆਂ ਕਿ ਹੱਥੋਂ ਪਾਈ ਕਰਨੀ ਸ਼ੋਭਾ ਦਿੰਦੀ ਆ ਇਹ ਜੋ ਮਰਜ਼ੀ ਕਰ ਲਵੇ ਪਰ ਹੁਣ ਇਹ ਵੀਡੀਓ ਦੇ ਸੰਬੰਧ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦਾ ਜਵਾਬ ਆਉਂਦਾ ਹੈ ਕਿ ਐਡਿਟ ਕਰਕੇ ਗੁਰਦੀਪ ਸਿੰਘ ਗੋਸ਼ਾ ਵੱਲੋਂ ਖੁਦ ਵਾਇਰਲ ਕੀਤੀ ਗਈ ਕਹਿੰਦੇ ਜਦੋਂ ਪਰਮਾਤਮਾ ਕਿਸੇ ਨੂੰ ਖਰਾਬ ਕਰ ਦਿੰਦਾ ਜਦੋਂ ਘੜਾ ਕਿਸੇ ਦਾ ਭਰ ਜਾਂਦਾ ਉਹਦੀ ਚੰਗਿਆਈ ਖੋਲਦਾ ਅੱਜ ਇਹਦੀ ਚੰਗਿਆਈ ਖੋਲੀ ਹੈ ਜਿਹੜਾ ਬਲਤਕਾਰ ਦਾ ਮਾਮਲੇ ਬਾਹਰ ਆਏ ਆ ਜਿਹੜੇ ਲੈਂਡ ਮਾਫੀਆ ਦੇ ਬਾਹਰ ਆਏ ਆ ਜਾਂ ਜਿਹੜੀ ਆਹ ਚੀਜ਼ ਇਹਦੀ ਹਰਕਤ ਬਾਹਰ ਆਈ ਹੈ ਇਹ ਪਰਮਾਤਮਾ ਵੱਲੋਂ ਆ ਰਹੀ ਹੈ ਇਹ ਗੁੰਡਾ ਬਣਾਉਣਾ ਆਪ ਵੀ ਬਣਿਆ ਆਪਣੇ ਬੇਟੇ ਨੂੰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਇੱਕ ਵਾਰੀ ਫਿਰ ਤੋਂ ਲਲਕਾਰ ਮਾਰਦੇ ਹੋ ਸਿਮਰਜੀਤ ਸਿੰਘ ਬੈਂਸ ਨੂੰ ਕਿ ਫਿਰ ਉਦਘਾਟਨ ਕਰ ਮੈਂ ਫਿਰ ਆਊਂਗਾ ਮੈਂ ਫਿਰ ਉੱਥੇ ਤੈਨੂੰ ਸਵਾਲ ਪੁੱਛਾਂਗਾ ਪਰ ਜੇਕਰ ਬੀਤੀ ਇਹ ਵੀਡੀਓ ਦੀ ਗੱਲ ਕਰ ਲਈ ਜਾਵੇ ਉਸ ਵੀਡੀਓ ਦੇ ਵਿੱਚ ਗੁਰਦੀਪ ਸਿੰਘ ਗੋਸ਼ਾ ਖੁਦ ਹੀ ਭੱਜਦਾ ਨਜ਼ਰ ਆਉਂਦਾ ਲਲਕਾਰ ਵੀ ਮਾਰਦੇ ਹੋ ਖੁਦ ਹੀ ਭੱਜ ਜਾਂਦੇ ਹੋ ਸਰ ਜਿਹੜੀ ਵੀਡੀਓ ਸਾਹਮਣੇ ਆਈ ਹੈ ਜਿਹੜੀਆਂ ਲੜਾਈ ਦੀਆਂ ਵੀਡੀਓ ਸਾਹਮਣੇ ਆਈ ਹੈ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਗਈਆਂ ਨੇ ਉਹ ਵੀਡੀਓ ਕਾਫੀ ਮੰਦਭਾਗੀ ਮੰਨੀ ਜਾ ਰਹੀ ਹੈ ਸੋ ਉਸ ਵੀਡੀਓ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕਿ ਉਹ ਲੜਾਈ ਹੋਈ ਹੈ ਤੇ ਆਖਿਰਕਾਰ ਉਸਦਾ ਜ਼ਿੰਮੇਵਾਰ ਕੌਣ ਹੈ ਜਿਹੜਾ ਬੰਦਾ ਗਾਲਾਂ ਕੱਢੇ ਜਿਹੜਾ ਬੰਦਾ ਹੱਥੋਂ ਪਾਈ ਕਰੇ ਤੀਜੀ ਗੱਲ ਹੋਰ ਮੰਦਭਾਗੀ ਗੱਲ ਕਰਦਾ ਨਾ ਪੱਗ ਪੱਗ ਕੀ ਹੈ ਛੋਟੀ ਚੀਜ਼ ਪੱਗ ਪੱਗ ਦਾ ਮਤਲਬ ਕੀ ਹੈ ਪੱਗ ਦਾ ਮਤਲਬ ਹੈ ਵੀ ਇੱਕ ਦੋ ਮੇਰੇ ਮੈਂ ਪ੍ਰਿੰਕਾ ਜੀ ਦੀ ਨਿੰਦਾ ਉਹਨਾਂ ਵੀ ਕੀਤੀ ਪ੍ਰਿੰਕਾ ਜੀ ਦੋ ਬੰਦਿਆਂ ਦੀ ਲੜਾਈ ਹੁੰਦੀ ਹੈ ਪੱਗ ਉੱਛਲ ਜਾਂਦੀ ਹੈ ਇੱਕ ਬੰਦਾ ਖੜਾ ਆ ਦੂਜਾ ਬੰਦਾ ਆ ਕੇ ਹਮਲਾ ਕਰਦਾ ਉਹਦੀ ਪੱਗ ਜਾਣ ਬੁੱਝ ਕੇ ਉਤਾਰਦਾ ਮੇਰੇ ਵੀ ਹੱਥ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕੀ ਹੈ ਅੰਮ੍ਰਿਤਧਾਰੀ ਬੰਦਿਆਂ ਦੀ ਤੂੰ ਪੱਗ ਲਾਏਗਾ ਤੇ ਤੂੰ ਆਪਣੇ ਭਰਾ ਜਿਹੜੇ ਤੇਰੇ ਭਰਾ ਵੱਡੀ ਕਿਰਪਾਨ ਪਾ ਕੇ ਫਿਰਦੇ ਆ ਫਿਰ ਉਹਦੇ ਮੂੰਹ 'ਚ ਬਿਆਨ ਕਿਉਂ ਨਹੀਂ ਨਿਕਲਿਆ ਨਹੀਂ ਨਹੀਂ ਇਸ ਗੱਲ ਦੀ ਨਹੀਂ ਮੈਂ ਕੋਈ ਬਦਬਾਗੀ ਇੱਕ ਬੰਦਾ ਆ ਵੀ ਪੱਗ ਲਾ ਕੇ ਬਦਬਾਗੀ ਕਿਦਾਂ ਕਹਿ ਦੂਗਾ ਆਵੇ ਫਿਰ ਕੋਰਟ ਕਚਹਿਰੀ ਦੇ ਵਿੱਚ ਕੋਰਟ 'ਚ ਕਵੇ ਵੀ ਮੈਂ ਪੱਗ ਲਾਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿਯੰਕਾ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਨ ਜਾ ਰਹੇ ਹਾਂ ਉਸ ਮੁੱਦੇ 'ਤੇ ਜੋ ਮੁੱਦਾ ਕਾਫੀ ਪੱਖਿਆ ਹੋਇਆ ਮੁੱਦਾ ਜੀ ਸਿਮਰਜੀਤ ਸਿੰਘ ਬੈਂਸ
ਅਤੇ ਅਕਾਲੀ ਦਲ ਦੇ ਗੋਸ਼ਾ ਗੁਰਦੀਪ ਸਿੰਘ ਗੋਸ਼ਾ ਵਿਚਾਲੇ ਦਾ ਜੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਇਹਨਾਂ ਦੀ ਲੜਾਈ ਝਗੜੇ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜੋ ਕਿ ਕਾਫੀ ਮੰਦਭਾਗੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਿਆ ਸਨ ਕਿ ਸਾਡੇ ਲੀਡਰ ਸਿਆਸਤ ਕਿੱਥੇ ਜਾ ਰਹੀ ਹੈ ਕਿੱਥੇ ਪਹੁੰਚ ਰਹੀ ਹੈ ਉਸ ਸੰਬੰਧੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਯੂਥ ਅਕਾਲੀ ਦਲ ਤੋਂ ਗੁਰਦੀਪ ਸਿੰਘ ਗੋਸ਼ਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਗੱਲਬਾਤ ਕਰਾਂਗੇ ਜੀ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਪਨਕਜ ਬਹੁਤ ਬਹੁਤ ਧੰਨਵਾਦ ਜੀ ਸੋ ਗੁਰਦੀਪ ਸਿੰਘ ਗੋਸ਼ਾ ਜੀ ਜਿਵੇਂ ਕਿ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤਾਂ ਤਸਵੀਰਾਂ ਜੋ ਕਿ ਤੁਹਾਡੇ ਲੜਾਈ ਝਗੜੇ ਦੀਆਂ ਸਾਹਮਣੇ ਆਈਆਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਤੁਹਾਡੇ ਵਿਚਾਲੇ ਲੜਾਈ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਉਹ ਕਾਫੀ ਮੰਦਭਾਗੀ ਘਟਨਾ ਸੀ ਬਿਲਕੁਲ ਜੀ ਸੋ ਸਭ ਤੋਂ ਪਹਿਲਾਂ ਵਾਕਿਆ ਜਾਣਨਾ ਚਾਹਾਂਗੇ ਕਿ ਆਖਿਰਕਾਰ ਹੋਇਆ ਕਿਸ ਉਸ ਦਿਨ ਪ੍ਰਿੰਕਾ ਜੀ ਵੀ ਤਕਰੀਬਨ ਇਹ ਵੀ ਅਸੀਂ 2020 22 ਮਾਰਚ ਤੋਂ ਲਗਾਤਾਰ ਸੇਵਾ ਕਰ ਰਹੇ ਤੁਸੀਂ ਕਿਉਂਕਿ ਤੀਸਰੀ ਆਖੋ ਮੀਡੀਆ ਇੱਕ ਤੀਸਰੀ ਆਖਿਆ ਸਾਰਿਆਂ ਨੂੰ ਪਤਾ ਅੱਜ ਦੱਸਣ ਦੀ ਜ਼ਰੂਰਤ ਨਹੀਂ ਕਿ ਸੇਵਾ ਕਰ ਰਹੇ ਸੀ ਕਿ ਨਹੀਂ ਕਰ ਰਹੇ ਸਾਰੇ ਰੋਜ਼ ਕਰਦੇ ਡੇਲੀ ਕਰਦੇ ਹਾਂ ਹੁਣ ਵੀ ਜਿਹੜੇ ਕੋਵਿਡ ਦੇ ਪੇਸ਼ੈਂਟਾਂ ਨੂੰ ਅਸੀਂ ਡੇਲੀ ਥਾਲੀ ਸੇਵਾ ਸਟਾਰਟ ਕੀਤੀ ਹੋਈ ਜਿੱਥੇ ਕਈ ਵਾਰੀ ਪਰਿਵਾਰ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਲੋਕ ਅਤੇ ਉਹਨਾਂ ਨੂੰ ਥਾਲੀ ਪ੍ਰੋਵਾਈਡ ਕਰਾਉਂਦੇ ਹਾਂ ਅਤੇ ਉਹ ਸਾਡਾ ਇੱਕ ਅਧਿਕਾਰ ਹੈ ਕਿ ਕੋਈ ਪੰਜਾਬੀ ਤਾਂ ਸੇਵਾ ਦੇ ਵਿੱਚ ਜਾਣੇ ਜਾਂਦੇ ਆ ਇੱਕ ਬੜੀ ਸਾਜਿਸ਼ ਤਹਿਤ ਉਸ ਸੜਕ ਤੋਂ ਮੈਂ ਡੇਲੀ ਲੰਘਦਾ ਜੀ ਸਾਜਿਸ਼ ਤਹਿਤ ਉੱਥੇ ਜਾਣ ਬੁੱਝ ਕੇ ਮੂਰਤ ਕੀਤਾ ਗਿਆ ਜਦਕਿ ਇਹਦਾ ਮੂਰਤ ਦੋ ਵਾਰ ਪਹਿਲਾਂ ਇੱਕ ਵਾਰ ਬਲਵਿੰਦਰ ਸਿੰਘ ਬੈਂਸ ਜੀ ਦੂਜਾ ਸਿਮਰ ਬੈਂਸ ਦੋਨੋਂ ਪਹਿਲਾਂ ਕਰ ਚੁੱਕੇ ਹੈ 10 ਦਿਨਾਂ ਦੇ ਅੰਦਰ ਅੰਦਰ ਤੀਜੀ ਵਾਰੀ ਉਸੇ ਸੜਕ ਦਾ ਇੱਕ ਛੋਟੀ ਜਿਹੀ ਸੜਕ ਦਾ ਤੀਜੀ ਵਾਰੀ ਉਦਘਾਟਨ ਕਰਨ ਦਾ ਮਤਲਬ ਕੀ ਸੀ ਕਿ ਸਾਜਿਸ਼ ਰਚੀ ਗਈ ਸਾਜਿਸ਼ ਦੇ ਵਿੱਚ ਉੱਥੇ ਬੰਦੇ ਇਕੱਠੇ ਕੀਤੇ ਗਏ ਫਿਰ ਜਾਣ ਬੁੱਝ ਕੇ ਮੈਸੇਜ ਦਿੱਤਾ ਗਿਆ ਜਦੋਂ ਮੈਂ ਉਸ ਏਰੀਏ 'ਚ ਲੰਘਣਾ ਸੀ ਗੋਲਵੜੀਆ ਸਾਹਿਬ ਸਾਡੇ ਜਿਹੜੇ ਸਾਬਕਾ ਮੇਅਰ ਸੀਗੇ ਉਹਨਾਂ ਦਾ ਬੇਟਾ ਜ਼ਰੂਰ ਉਹਨਾਂ ਨਾਲ ਵਾਰਤਾਲਾਪ ਕਰ ਰਿਹਾ ਸੀ ਅਤੇ ਜਦੋਂ ਕਾਗਜ਼ ਉਹ ਕੱਢਣ ਆਇਆ ਕਿਉਂਕਿ ਇਹ ਬੈਂਸ ਨੇ ਕਿਹਾ ਵੀ ਕਾਗਜ਼ ਪ੍ਰੂਫ ਕਰਕੇ ਦਿਖਾਓ ਕਿ ਇਹ ਸੜਕ ਤੁਹਾਡੇ ਰਾਜ 'ਚ ਪਾਸ ਹੋਈ ਸੀ ਵੀ ਇਹ ਗਲਤ ਹੈ ਅਤੇ ਜਦੋਂ ਕਾਗਜ਼ ਲੈਣਾ ਇਨ ਬਿਟਵੀਨ ਮੈਂ ਉੱਥੇ ਪਹੁੰਚਿਆ ਮੈਨੂੰ ਉਹਨੇ ਕਿਹਾ ਵੀ ਇੱਦਾਂ ਦਾ ਉਹ ਇਹ ਕਰ ਰਿਹਾ ਅਤੇ ਮੈਂ ਤਾਂ ਉਸ ਰਸਤੇ 'ਚ ਲੰਘਣਾ ਸੀ ਜਦੋਂ ਮੈਂ ਉਹਨਾਂ ਦੇ ਨਾਲ ਗਿਆ ਅਤੇ ਮੈਨੂੰ ਉੱਥੇ ਗੱਲ ਹੋਈ ਅਤੇ ਉੱਥੇ ਜਦੋਂ ਇਹਨੇ ਕਾਗਜ਼ ਦਿਖਾਏ ਤਾਂ ਮੈਂ ਕਹਿੰਦਾ ਵੀ ਸੱਚ ਨਾ ਕੜਵਾ ਹੁੰਦਾ ਜੀ ਸੱਚ ਅਤੇ ਝੂਠ ਦੀ ਲੜਾਈ ਕੋਈ ਅੱਜ ਦੀ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਟਾਈਮ ਲਾ ਲਈਏ ਰਾਮ ਜੀ ਦਾ ਬਾਰ ਬਾਰ ਮੈਂ ਗੱਲ ਕਿਉਂ ਕਹਿੰਦਾ ਕਿਉਂਕਿ ਸੱਚ ਅਤੇ ਝੂਠ ਦੀ ਲੜਾਈ ਹਮੇਸ਼ਾ ਪੈਰਲਲ ਚੱਲਣੀ ਜੀ ਗੁਰਦੀਪ ਸਿੰਘ ਗੋਸ਼ਾ ਜੀ ਤੁਸੀਂ ਇੱਥੇ ਇਹ ਗੱਲ ਦੀ ਵਰਤੋਂ ਕਰ ਰਹੇ ਹੋ ਕਿ ਜਾਣ ਬੁੱਝ ਕੇ ਮੈਨੂੰ ਲਿਜਾਇਆ ਗਿਆ ਉੱਥੇ ਨਹੀਂ ਲਿਜਾਇਆ ਨਹੀਂ ਗਿਆ ਲਿਜਾਇਆ ਗਿਆ ਜਾਂ ਲਿਜਾਇਆ ਨਹੀਂ ਗਿਆ ਜਾਣ ਬੁੱਝ ਕੇ ਇਹਨਾਂ ਨੇ ਮੂਰਤ ਰੱਖਿਆ ਗਿਆ ਅਸੀਂ ਤਾਂ ਆਟੋਮੈਟਿਕ ਉੱਥੇ ਪਹੁੰਚੇ ਕੁਦਰਤੀ ਹੈ ਤੇ ਜਦੋਂ ਇੱਕ ਉਹਨਾਂ ਨੂੰ ਪਤਾ ਸੀ ਕਿ ਗੁਰਦੀਪ ਸਿੰਘ ਗੋਸ਼ਾ ਨੇ ਇੱਥੇ ਲੰਘਣਾ ਉਹਨਾਂ ਨੂੰ ਰੋਜ਼ ਪਤਾ ਉਹਨਾਂ ਨੂੰ ਰੋਜ਼ ਪਤਾ ਉਹਨਾਂ ਨੂੰ ਅਸਲੇ ਤਲਖੀ ਇਹੀ ਹੈ ਕਿ ਇਹ ਸਾਡੇ ਸਾਰੀਆਂ ਸਾਡੀਆਂ ਕਮਜ਼ੋਰੀ ਤੇ ਵਾਰ ਕਰਦਾ ਤੇ ਵਿਰੋਧੀਆਂ ਦਾ ਕੰਮ ਕੀ ਹੁੰਦਾ ਤੁਸੀਂ ਠੀਕ ਹੋ ਜਾਓ ਹੁਣ ਪ੍ਰੈਸ ਦਾ ਕੰਮ ਕੀ ਹੈ ਪ੍ਰੈਸ ਦਾ ਕੰਮ ਹੈ ਸਾਡੀਆਂ ਗਲਤੀਆਂ ਕੱਢਣਾ ਸਾਡੀਆਂ ਕਮਜ਼ੋਰੀਆਂ ਕੱਢਣਾ ਸਾਡੀ ਕਮਜ਼ੋਰੀ ਅਸੀਂ ਠੀਕ ਕਰੀਏ ਕਿ ਇਹਦਾ ਮਤਲਬ ਇਹ ਹੁਣ ਪ੍ਰੈਸ ਜੇ ਮੰਨ ਲਓ ਤੁਸੀਂ ਇੱਕ ਵਾਰੀ ਸਾਨੂੰ ਤਾਂ ਜਿਵੇਂ ਪਤਾ ਪਰ ਇੱਕ ਵਾਰੀ ਅਸੀਂ ਜਾਣਨਾ ਚਾਹਾਂਗੇ ਕਿ ਇਲਾਕਾ ਕਿਹੜਾ ਸੀ ਤੁਸੀਂ ਆਪਣੇ ਮੂੰਹੋਂ ਦਸ਼ਕਾ ਨੂੰ ਦੱਸੋ ਜੀ ਤੁਸੀਂ ਮੰਨ ਲਓ ਰੋਜ਼ ਦਿਖਾਉਂਦੇ ਹੋ ਮੰਨ ਲਓ ਮੇਰੀ ਕੋਈ ਚੀਜ਼ ਦਿਖਾਤੀ ਕਮਜ਼ੋਰੀ ਦਿਖਾਤੀ ਮੈਂ ਤੁਹਾਡੇ ਨਾਲ ਲੜਨ ਲਾਵਾਂਗਾ ਜੀ ਇਹ ਗੱਲ ਜਾਇਜ਼ ਨਹੀਂ ਇਲਾਕਾ ਲੁਧਿਆਣਾ ਹੈ ਜੀ ਲੁਧਿਆਣਾ ਇਲਾਕਾ ਜੰਤਰ ਨਗਰ ਦਾ ਇਲਾਕਾ ਸੀਗਾ ਤੇ ਬੈਂਸ ਦਾ ਇਲਾਕਾ ਮੰਨਿਆ ਜਾਂਦਾ ਜੰਤਰ ਨਗਰ ਦਾ ਇਲਾਕਾ ਤੇ ਗੁਰਦੀਪ ਸਿੰਘ ਗੋਸ਼ਾ ਉਸੇ ਦਿਨ ਹੀ ਉਸ ਜਗ੍ਹਾ ਤੇ ਸੇਵਾ ਕਰਨ ਕਿਉਂ ਜਾਂਦਾ ਮੀਡੀਆ ਕਿਉਂ ਉੱਥੇ ਜਾ ਰਹੀ ਸੀ ਜੀ ਫਿਰ ਇਲਾਕਾ 'ਚ ਬੈਂਸ ਦਾ ਮੀਡੀਆ ਕਿਉਂ ਜਾ ਰਹੀ ਸੀ ਉਹਦਾ ਪਰਸਨਲ ਘਰ ਸੀਗਾ ਜੀ ਮੀਡੀਆ ਵੀ ਉੱਥੇ ਮੌਜੂਦ ਸੀਗੀ ਉਹ ਆਮ ਲੋਕ ਪਬਲਿਕ ਪ੍ਰੋਪਰਟੀ ਹੈ ਗਲੀ ਕਿਸੇ ਦੇ ਮਾਂ ਪਿਓ ਦੀ ਕੋਈ ਰਜਿਸਟਰੀ ਨਹੀਂ ਕੀਤੀ ਹੋਈ ਜੇ ਕਹੇ ਕਿਸੇ ਦੇ ਪਿਓ ਦੀ ਰਜਿਸਟਰੀ ਕੀਤੀ ਹੋਈ ਹੈ ਕੋਈ ਨਹੀਂ ਲੀਡਰ ਦਾ ਕੰਮ ਤਾਂ ਸਰਵਿਸ ਕਰਨਾ ਹੈ ਇੱਕ ਤਰ੍ਹਾਂ ਨੌਕਰੀ ਪੇਸ਼ਾ ਹੁੰਦਾ ਜਿੱਦਾਂ ਕੋਈ ਵੀ ਗੱਲ ਹੋਵੇ ਸਰਵਿਸ ਕਾਹਦੀ ਆਪਾਂ ਲੋਕਾਂ ਨੇ ਮਤਦਾਨ ਦਿੱਤਾ ਮਤਦਾਨ ਮਤ ਨਾਲ ਦਾਨ ਦਿੱਤਾ ਅਤੇ ਜੇ ਜਿਹਨੂੰ ਅਸੀਂ ਮਤ ਨਾਲ ਦਾਨ ਦਿੱਤਾ ਸਾਡੇ ਸਿਰ 'ਤੇ ਚੜ ਕੇ ਨੱਚੂਗਾ ਉਹ ਮਾਲਕ ਬਣ ਗਿਆ ਇਸ ਗਲੀ ਦਾ ਜੇ ਉਸ ਹਲਕੇ ਦੇ ਵਿੱਚ ਇਹ ਆਪ ਸੇਵਾ ਕਰਦਾ ਹੁੰਦਾ ਲੋਕਾਂ ਨੂੰ ਰਾਸ਼ਨ ਪਹੁੰਚਾਉਂਦਾ ਹੁੰਦਾ ਲੋਕਾਂ ਨੂੰ ਲੰਗਰ ਪਹੁੰਚਾਉਂਦਾ ਹੁੰਦਾ ਸਾਡੀ ਜ਼ਰੂਰਤ ਹੀ ਨਹੀਂ ਸੀ ਪਰ ਜਦੋਂ ਸਿਮਰਜੀਤ ਸਿੰਘ ਬੈਂਸ ਦਾ ਪੱਖ ਇੱਥੇ ਸਾਹਮਣੇ ਆਉਂਦਾ ਉਹਨਾਂ ਦੇ ਬਿਆਨ ਸਾਹਮਣੇ ਆਉਂਦਾ ਬਾਰ ਬਾਰ ਸ਼ਬਦ ਅਸੀਂ ਯੂਜ਼ ਕਰਦੇ ਨੇ ਕਿ ਸੰਗਤ ਵੱਲੋਂ ਜਿਹੜਾ ਕਿ ਪ੍ਰਸ਼ਾਦ ਦਿੱਤਾ ਗਿਆ ਗੁਰਦੀਪ ਸਿੰਘ ਗੋਸ਼ੇ ਨੂੰ ਸੰਗਤ ਵੱਲੋਂ ਜਦਕਿ ਸੰਗਤ ਨਾਲ ਬਦਤਮੀਜ਼ੀ ਗੁਰਦੀਪ ਸਿੰਘ ਗੋਸ਼ੇ ਨੇ ਕੀਤੀ ਹੈ ਤੇ ਉਸ ਤੋਂ ਬਾਅਦ ਲੋਕਾਂ ਨੇ ਗੁਰਦੀਪ ਸਿੰਘ ਗੋਸ਼ੇ ਨੂੰ ਸਬਕ ਸਿਖਾਇਆ ਪ੍ਰਿੰਕਾ ਜੀ ਜਿਹੜਾ ਗੁਰੂ ਦੀ ਸੰਗਤ ਹੁੰਦੀ ਹੈ ਨਾ ਗੁਰੂ ਦੀ ਸੰਗਤ 'ਚ ਬਹੁਤ ਨਿਮਰਤਾ ਹੁੰਦੀ ਹੈ ਬੜੀ ਹਲੀਮੀ ਹੁੰਦੀ ਹੈ ਬੜਾ ਪਿਆਰ ਹੁੰਦਾ ਸੰਗਤ ਜਿਹੜੀ ਗੁਰੂ ਦੀ ਸੰਗਤ ਇੱਕ ਹੁੰਦੀ ਭੈੜੀ ਸੰਗਤ ਕਹਿੰਦੇ ਨੇ ਬੰਦਾ ਕੁਸੰਗਤ 'ਚ ਪੈ ਗਿਆ ਭੈੜੀ ਸੰਗਤ 'ਚ ਪੈ ਗਿਆ ਭੈੜੀ ਸੰਗਤ ਹੈ ਜਿਹੜਾ ਕਦੀ ਕੋਈ ਪਿਓ ਦੇਖਿਆ ਕਿ ਆਪਣੇ ਬੱਚੇ ਨੂੰ ਗਾਲਾਂ ਕੱਢ ਕੇ ਕਹਿੰਦਾ ਵੇ ਵੀ ਤੂੰ ਉਹਨੂੰ ਪੈ ਉਹਨੂੰ ਹੱਥ ਦੀ ਪੱਗ ਲਾ ਉਹਦੀ ਹੱਥ ਲਾ ਇਹ ਪਤਾ ਕੀ ਗੱਲ ਮੈਂ ਦੇਖੋ ਪ੍ਰਿੰਕਾ ਜੀ ਪੂਰੀ ਗੱਲ ਲੈ ਦਿਓ ਅਸਲ ਦੇ ਵਿੱਚ ਕੀ ਹੈ ਜੋ ਵਿਰਸੇ 'ਚ ਮਿਲਣਾ ਨਾ ਆਪਣੇ ਮਾਂ ਪਿਓ ਤੋਂ ਬੰਦਾ ਉਹੀ ਵੰਡ ਸਕਦਾ ਜੋ ਉਹਨੂੰ ਵਿਰਸੇ 'ਚ ਮਿਲਿਆ ਵੰਡ ਰਿਹਾ ਜਿਹੜਾ ਬੰਦਾ ਆਪ ਰੋ ਕੇ ਵਿਧਾਨ ਸਭਾ 'ਚ ਤੁਸੀਂ ਦੇਖਿਆ ਹੋਣਾ ਜਦੋਂ ਕੈਮਰੇ ਦੀਆਂ ਫਲੈਸ਼ਾਂ ਵਜੀਆਂ ਰੋ ਰਿਹਾ ਸੀ ਜਿਹੜਾ ਬੰਦਾ ਹਮੇਸ਼ਾ ਕੱਛਾ 'ਚ ਪੱਗ ਰੱਖ ਕੇ ਵੀ ਮੇਰੀ ਸਰਕਾਰ ਨੇ ਪੱਗ ਲਾਤੀ ਜੀ ਮੇਰੀ ਪੁਲਿਸ ਨੇ ਪੱਗ ਲਾਤੀ ਜੀ ਹਮੇਸ਼ਾ ਇਸ ਚੀਜ਼ 'ਤੇ ਸਿਆਸਤ ਕਰਦਾ ਹੋਵੇ ਅਤੇ ਅੱਜ ਉਹਦਾ ਦੂਜਾ ਚਿਹਰਾ ਨੰਗਾ ਕੀ ਹੋਇਆ ਜਿਹੜਾ ਕਹਿੰਦਾ
ਰੱਬ ਲੱਤ ਨਹੀਂ ਮਾਰਦਾ, ਰੱਬ ਮੱਤ ਮਾਰਦਾ। ਉਸ ਦਿਨ ਉਹਦੀ ਮੱਤ ਵੱਜੀ ਸੀ ਜਿਹੜੀ ਦੁਨੀਆ ਦੇ ਵਿੱਚ ਸਾਰੀ ਜੀ ਜੀ। ਗਾਲੀ ਗਲੋਚ ਦੀ ਤੁਸੀਂ ਇੱਥੇ ਗੱਲ ਕੀਤੀ ਹੈ, ਗਾਲੀ ਗਲੋਚ ਵੀਡੀਓ ਦੇ ਵਿੱਚ ਆਮ ਸੁਣੀਆਂ ਜਾਂਦੀਆਂ ਨੇ ਕਿ ਗੰਦੀਆਂ ਗਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਸਮੇਂ ਜਿੱਥੇ ਐਵਰੀਵੇਅਰ ਲਾਈਕ ਲੋਕ ਮਰ ਰਹੇ ਨੇ, ਹੈ ਨਾ, ਬਿਮਾਰੀ ਦੇ ਨਾਲ। ਉੱਥੇ ਸਾਡੇ ਲੀਡਰ ਹੈ ਜਿਹੜੇ ਕਿ ਆਪਸ ਦੇ ਵਿੱਚ ਸਿਆਸਤ ਦੀ ਕੁਰਸੀਆਂ ਪਿੱਛੇ ਅਸੀਂ ਗੱਲ ਕਰ ਲਈਏ ਕਿ ਲੜਾਈ ਲੜ ਰਹੇ ਨੇ ਸੜਕਾਂ ਦੇ ਉੱਪਰ, ਕਿੰਨੀ ਸ਼ਰਮਨਾਕ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆ ਰਹੀਆਂ ਨੇ। ਸੋ ਗਾਲੀ ਗਲੋਚ ਕਿਵੇਂ ਸ਼ੁਰੂ ਹੋਈ ਸੀ ਪ੍ਰਿੰਕਾ ਜੀ? ਜਦੋਂ ਅਸੀਂ ਉਹਨੂੰ ਜਾ ਕੇ ਕਾਗਜ਼ ਦਿਖਾਏ ਨਾ, ਦੇਖੋ ਇਹ ਜਵਾਬ ਤੁਹਾਡੇ ਮੰਗਣਾ ਪਤਾ ਕਿੰਨੇ ਕੋਲ ਬਣਦਾ? ਸਿਮਰ ਬੈਂਸ ਕੋਲ ਆਵੇ ਇੱਥੇ, ਡਰਦਾ ਕਿਉਂ, ਹੁਣ ਪ੍ਰੈਸ ਤੋਂ ਭੱਜਦਾ ਕਿਉਂ? ਉੱਥੇ ਲੁਧਿਆਣਾ ਲਾਈਵ ਵੀ ਸੀਗਾ ਤੁਹਾਡੇ ਚੈਨਲ ਦੇ ਵਿੱਚ, ਉੱਥੇ ਬੰਦੇ ਮੌਜੂਦ ਸੀਗੇ, ਸਾਰਾ ਕੁਝ ਲਾਈਵ ਚੱਲਿਆ, ਮੇਰੀ ਫੇਸਬੁੱਕ ਤੇ ਲਾਈਵ ਆ, ਉਹਦੀ ਫੇਸਬੁੱਕ ਤੇ, ਸਾਰਾ ਕੁਝ ਦਿਖਦਾ ਜੀ। ਜਿਹੜਾ ਅਸੀਂ ਜਦੋਂ ਉਹਨੇ ਅਸੀਂ ਕਾਗਜ਼ ਦਿਖਾਏ ਤੇ ਉਹ ਕਹਿੰਦਾ ਤੂੰ ਮੇਰੇ ਹਲਕੇ 'ਚ ਕਿੱਦਾਂ ਵੜ ਗਿਆ, ਤੈਨੂੰ ਜੁੱਤੀਆਂ ਪੈਣਗੀਆਂ ਜੀ। ਜਦੋਂ ਮੈਂ ਕਿਹਾ ਜੁੱਤੀਆਂ ਤਾਂ ਪੈਣਗੀਆਂ ਬਲਤਕਾਰੀਆਂ ਨੂੰ ਜੀ, ਦੂਜੇ ਨੂੰ ਨਹੀਂ ਜੁੱਤੀਆਂ ਪੈਣਗੀਆਂ। ਫਿਰ ਉਸ ਤੋਂ ਬਾਅਦ ਤਲਖੀ ਜਾ ਗਏ ਤੁਸੀਂ? ਨਹੀਂ ਨਹੀਂ, ਮੈਂ ਕੁਝ ਨਹੀਂ, ਮੈਂ ਬੜੇ ਹਲੀਮੇ ਨੇ, ਤੁਸੀਂ ਮੇਰੀ ਫੇਸਬੁੱਕ ਦੇਖਦੇ ਤੇ ਮੈਂ, ਮੈਨੂੰ ਕੋਈ ਗੁੱਸਾ ਨਹੀਂ ਹੋਇਆ, ਮੇਰੇ ਮੂੰਹ 'ਚੋਂ ਕੋਈ ਗਾਲ ਨਹੀਂ ਨਿਕਲੀ ਜੀ। ਇੰਨੇ ਮਾਂ ਭੈਣ ਦੀਆਂ ਗੱਲਾਂ ਸ਼ੁਰੂ ਕਰਤੀਆਂ ਜਦੋਂ ਮੈਂ ਕਿਹਾ ਵੀ, ਮੈਂ ਕਿਹਾ ਤੇਰੀ ਮਾਂ ਭੈਣ, ਮੇਰੀ ਪ੍ਰਿੰਕਾ ਦੀ ਗੱਲ ਪਹਿਲਾਂ ਗੱਲ, ਜਦੋਂ ਉਹਨੇ ਮੇਰੀ ਮਾਂ ਭੈਣ ਦੀ ਗੱਲ ਕੱਢੀ, ਮੈਂ ਕਿਹਾ ਤੇਰੀ ਮਾਂ ਭੈਣ, ਮੇਰੀ ਮਾਂ ਭੈਣ ਜੀ, ਇਸ ਤੋਂ ਵੱਧ ਤਾਂ ਕੁਛ ਨਹੀਂ ਹੋ ਸਕਦਾ ਨਾ ਵੀ ਕਿਸੇ ਦੀ ਮਾਂ ਭੈਣ। ਮੈਂ ਤਾਂ ਚਾਹੇ ਸਾਡੇ ਵਿਰੋਧੀ ਹੈ, ਮੈਂ ਉਹਦੀ ਮਾਂ ਭੈਣ ਨੂੰ ਵੀ ਆਪਣੀ ਮਾਂ ਭੈਣ ਸਮਝਦਾ, ਤੇ ਫਿਰ ਉਸ ਤੋਂ ਬਾਅਦ ਵੀ ਗੱਲ ਕੱਢੀ, ਗੱਲ ਕਿਹਨੂੰ ਲੱਗੀ? ਉਹਦੀ ਮਾਂ ਭੈਣ ਨੂੰ ਲੱਗੀ। ਤੇ ਇਹੋ ਜਿਹੇ ਬੰਦੇ ਤਾਂ ਘਰ ਦੇ ਵਿੱਚ ਨਿਊਸੈਂਸ ਕ੍ਰੀਏਟ ਕਰਦੇ ਹੋਣਗੇ। ਬਾਰ ਬਾਰ ਮੈਂ ਗੱਲ ਕਹਿਣਾ ਚਾਹੁੰਦਾ, ਗਾਲਾਂ ਹੁਣ ਜਿਹੜੀ ਗੁਰੂ ਦੀ ਸੰਗਤ ਹੈ ਨਾ, ਉਹ ਸਭ ਕੁਝ ਦੇਖ ਰਿਹਾ, ਗਾਲਾਂ ਕਿੰਨੀਆਂ ਕੱਢੀਆਂ ਸਮੁੱਚੀ ਦੁਨੀਆ ਨੂੰ। ਫਿਰ ਬਲਤਕਾਰੀ ਵਰਡ ਯੂਜ਼ ਕਰ ਰਹੇ ਹੋ, ਜਦਕਿ ਹਲੇ ਤੱਕ ਆਰੋਪ ਹੈ ਜਿਹੜੇ ਕਿ ਸਾਬਤ ਨਹੀਂ ਹੋਏ ਐ। ਸਿਮਰਜੀਤ ਸਿੰਘ ਬੈਂਸ ਦੇ ਬਲਤਕਾਰੀ ਕਹਿ ਕੇ ਕਿਸੇ ਨੂੰ ਬੁਲਾਉਂਗੇ ਤਾਂ ਅਗਲਾ ਇਸੇ ਤਰ੍ਹਾਂ ਹੀ ਜਵਾਬ ਦੇਗਾ। ਪ੍ਰਿੰਕਾ ਜੀ ਇਦਾਂ ਹੈ ਵੀ ਜਦੋਂ ਉਹ ਕਹੇਗਾ ਜੁੱਤੀਆਂ ਦਾ ਵਰਡ ਹੈ ਕਿਆ, ਫਿਰ ਦੂਜੀ ਗੱਲ, ਉਹ ਬੀਬੀ ਅੱਜ 5 ਮਹੀਨੇ ਤੋਂ ਬੈਠੀ ਜਿਹੜਾ ਕਹਿੰਦਾ ਸੀਗਾ ਵੀ ਮੈਂ ਦੁਨੀਆ ਦਾ ਮਸੀਹਾ ਬਣਿਆ ਫਿਰਦਾ, ਜਿਹੜਾ ਕਹਿੰਦਾ ਮੈਂ ਟੀਮ ਇਨਸਾਫ ਹਾਂ। ਟੀਮ ਇਨਸਾਫ ਕੀ ਹੁੰਦਾ? ਇਨਸਾਫ ਦਾ ਮਤਲਬ ਹੁੰਦਾ ਦੂਜਿਆਂ ਨੂੰ ਇਨਸਾਫ ਦੇਣਾ, ਕਿ ਆਪਣੇ ਘਰ ਜੇ ਆਪ ਕਰੇ ਉਹਦਾ ਇਨਸਾਫ ਕੋਈ ਨਹੀਂ ਦੇਣਾ। ਉਹ 5 ਮਹੀਨੇ ਤੋਂ ਵਿਚਾਰੀ ਬੈਠੀ ਭੈਣ, ਪਹਿਲਾਂ ਜੋ ਉਹਦਾ ਇਹਨਾਂ ਕੁਕਰਮ ਕੀਤਾ ਮੈਂ ਹੁਣ ਕਹਿਣਾ ਨਹੀਂ ਬਣਦਾ, ਅਤੇ ਫਿਰ ਬਾਅਦ 'ਚ ਉਹਨੂੰ ਕਹਿੰਦਾ ਜੀ ਮੇਰੀ ਭੈਣ ਹੈ। ਫਿਰ ਇੱਦਾਂ ਕਰੇ, ਆਵੇ ਉੱਥੇ, ਅਸੀਂ ਮੰਨਾਂਗੇ ਵੀ ਬਲਤਕਾਰੀ ਨੇ, ਆਵੇ ਆ ਕੇ ਉੱਥੇ ਉੱਥੇ ਆਪਣੇ ਬੱਚੇ 'ਤੇ ਹੱਥ ਰੱਖ ਕੇ, ਉਹਨੇ ਕਿਹਾ ਸੀਗਾ ਵੀ ਇਹ ਬੱਚੇ ਲੈ ਕੇ ਆਪਣੇ ਦਰਬਾਰ ਸਾਹਿਬ ਚੜ੍ਹ ਕੇ ਸਹੁੰ ਚੱਕ ਲਵੇ, ਅਤੇ ਕਿਉਂ ਨਹੀਂ ਜਾਂਦਾ? ਜਾਵੇ, ਇਹ ਤਾਂ ਕਹਿੰਦਾ ਸੀ ਮੈਂ 3 ਦਿਨ 'ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂੰਗਾ। ਨਵੰਬਰ ਦੀ ਗੱਲ ਹੈ, ਹੁਣ ਮਹੀਨਾ ਕਿਹੜਾ ਚੱਲ ਰਿਹਾ, 7 ਮਹੀਨੇ ਹੋ ਗਏ ਅਤੇ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਹੋਇਆ? ਇਹ ਗੱਲ ਸੁਣ ਲਓ, ਇਹ ਨਾ ਕਿੰਨੇ ਇਹਨੇ ਸਟਿੰਗ ਕੀਤੇ, ਕਿੰਨਿਆਂ ਦੀ ਇਹਨੇ ਹਾਈ ਲਈ, ਅੱਜ ਇੱਕ ਨਹੀਂ ਕੰਮ ਕੀਤਾ, ਕਿਸੇ 'ਤੇ FIR ਨਹੀਂ ਦਰਜ ਕਰਾਈ, ਬਲੈਕਮੇਲਿੰਗ ਕੀਤੀ ਹੈ। ਇਹ ਲੋਕਾਂ ਦੀ ਹਾਏ ਲੱਗ ਰਹੀ ਹੈ, ਇਹ ਉਸ ਭੈਣ ਦੀ ਹਾਏ ਲੱਗ ਰਹੀ ਹੈ ਜਿਹੜੀ ਭੈਣ ਨੂੰ ਭੈਣ ਬਣਾ ਕੇ ਜਿਹਦੀ ਇੱਜ਼ਤ 'ਤੇ ਹੱਥ ਪਾਇਆ। ਤੁਸੀਂ ਦੱਸੋ ਸਮਾਜ ਬਰਦਾਸ਼ਤ ਕਰੂਗਾ? ਤੁਸੀਂ ਵੀ ਕਿਸੇ ਦੀ ਧੀ ਭੈਣੋ ਕੀ ਬਰਦਾਸ਼ਤ ਕਰੇਗਾ? ਸਮਾਜ ਦੀ ਗੱਲ ਕਰ ਰਹੇ ਹੋ, ਉਸੇ ਸਮਾਜ ਨੇ ਉਸ ਬਲਤਕਾਰੀ ਜਿਸ ਨੂੰ ਤੁਹਾਡੇ ਆਰੋਪ ਲਗਾਏ ਜਾ ਰਹੇ ਨੇ, ਬਲਤਕਾਰ ਕਹਿ ਕੇ ਪੁਕਾਰਿਆ ਜਾ ਰਿਹਾ, ਉਹ MLA ਬਣਿਆ ਹੋਇਆ। MLA ਬਣਿਆ, MLA ਬਣ ਜਾਣਾ ਕੀ ਵੱਡੀ ਗੱਲ ਹੋ ਗਈ? ਇਹਦਾ ਤਾਂ ਮੋਦੀ ਸਾਹਿਬ PM ਬਣ ਗਏ, ਇਹਦਾ ਤਾਂ ਕੈਪਟਨ ਸਾਹਿਬ CM ਬਣ ਗਏ, ਉਹਨਾਂ ਨੂੰ ਗੱਲਾਂ ਕਿਉਂ ਪੈ ਰਹੀਆਂ ਅੱਜ? ਜੇ ਸਮਾਜ ਜੇ ਹੁਣ ਜੇ ਕਿਸਾਨ ਕਿਉਂ ਬੋਲ ਰਹੇ ਆ, ਫਿਰ ਤਾਂ PM ਬਣ ਗਏ, ਵੋਟਾਂ ਨਾਲ ਜਿੱਤ ਗਏ, ਫਿਰ ਤਾਂ ਕਹਿਣਾ ਹੀ ਨਹੀਂ ਬਣਦਾ। ਫਿਰ ਤਾਂ CM ਸਾਹਿਬ ਵੀ ਬਣ ਗਏ, ਕੈਪਟਨ ਅਮਰਿੰਦਰ ਸਿੰਘ ਜੀ, ਫਿਰ ਅੱਜ ਕਿਉਂ ਸਾਰੀ ਦੁਨੀਆ ਕਹਿੰਦੀ ਵੀ ਟ੍ਰੋਲ ਕਰਦੇ ਪਈ ਲੋਕਡਾਊਨ ਦੇ ਉੱਤੇ? ਜੇ ਕੋਈ ਗਲਤ ਕੰਮ ਕਰੂਗਾ ਤਾਂ ਵੱਡੇ ਵੱਡਿਆਂ ਨੂੰ ਸਹਿਣਾ ਪਊਗਾ, ਬਣ ਕੇ ਤਾਂ ਕਿਹੜੀ ਗੱਲ। ਇੱਥੇ ਤਾਂ ਨਾ ਸਿਆਸਤ ਦੇ ਵਿੱਚ ਕੀ ਹੈ, ਕਈ ਵਾਰੀ ਕੀ ਹੁੰਦਾ, 49 ਘੋੜੇ ਹਾਰ ਜਾਂਦੇ ਅਤੇ 51 ਗਧੇ ਜਿੱਤ ਜਾਂਦੇ ਆ। ਗਿਣਤੀ 'ਚ ਨਾ ਜਾਓ, ਲੋਕਾਂ ਦੇ ਦਿਲਾਂ 'ਤੇ ਕਿੰਨੇ ਰਾਜ ਕਰਨਾ ਹੁਣ ਪਤਾ ਲੱਗ ਜੂਗਾ ਟਾਈਮ ਆਉਣ ਜੀ। ਸੋ ਇੱਥੇ ਕਿਤੇ ਨਾ ਕਿਤੇ ਇਹ ਵੀ ਮੰਨ ਸਕਦੇ ਹਾਂ ਕਿ ਗੁਰਦੀਪ ਸਿੰਘ ਗੋਸ਼ਾ ਜਿਹੜੇ ਕਿ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਬਹੁਤ ਸਹਿਨਸ਼ੀਲਤਾ ਦੇ ਨਾਲ ਕੰਮ ਕਰਦਾ, ਸਹਿਨਸ਼ੀਲਤਾ ਮੇਰੇ ਅੰਦਰ ਹੈ, ਉਹਨਾਂ ਵੱਲੋਂ ਕਿਤੇ ਨਾ ਕਿਤੇ ਪ੍ਰਵੋਕ ਕੀਤਾ ਜਾਂਦਾ ਹੈ ਬੈਂਸ ਨੂੰ, ਅਤੇ ਪ੍ਰਵੋਕ ਤੋਂ ਬਾਅਦ ਹੈ ਜਿਹੜਾ ਕਿ ਜਵਾਬੀ ਕਾਰਵਾਈ ਤੁਹਾਡੇ 'ਤੇ ਹੁੰਦੀ ਹੈ, ਅਤੇ ਤੁਸੀਂ ਉਸ ਤੋਂ ਬਾਅਦ ਭੱਜ ਜਾਂਦੇ ਹੋ। ਰਿੰਕਾ ਜੀ ਭੱਜ ਜਾਂਦੇ, ਭੱਜਣਾ ਪਤਾ ਕਿਹਨੂੰ ਕਹਿੰਦੇ, ਹੁਣ ਮੈਂ ਦੱਸ ਦੇਣਾ, ਚਲੋ ਇਹਨਾਂ ਦੇ ਕਹਿਣ ਦੇ ਨਾਲ ਕੀ ਹੋ ਜਾਣਾ। ਭੱਜਦਾ ਉਹ ਆ ਜਿਹੜਾ 3 ਘੰਟੇ ਬਾਅਦ ਜਿਹੜਾ ਲਾਈਵ ਵੀਡੀਓ ਦੇ ਵਿੱਚ ਆਪ ਹੀ ਕੁੱਟਮਾਰ ਕਰਦੇ, ਆਪ ਹੀ ਗਾਲਾਂ ਕੱਢਦੇ, ਆਪਣੇ ਬੇਟੇ ਨੂੰ ਭੜਕਾਉਂਦੇ ਨੂੰ, ਬਾਂਦਰਾਂ ਵਾਂਗ ਉਛਲਦੇ ਨੂੰ। ਫਿਰ ਬਾਅਦ 'ਚੋਂ ਕੀ ਹੋਇਆ, 3 ਘੰਟੇ ਬਾਅਦ ਮੀਡੀਆ ਦੇ ਵਿੱਚ ਇਹਨੇ ਬਿਆਨ ਦਿੱਤਾ ਕਿ ਮੈਂ ਉੱਥੇ ਹੈ ਹੀ ਨਹੀਂ ਸੀ ਜੀ, ਮੇਰੀ ਤਾਂ ਵੀਡੀਓ ਇਹਨਾਂ ਨੇ ਐਡਿਟ ਕਰਕੇ ਜੋ ਮਰਜ਼ੀ ਪਾ ਸਕਦੇ ਆ। ਭੱਜਣਾ ਇਹਨੂੰ ਕਹਿੰਦੇ ਆ ਜੀ, ਥੋਕੇ ਚੱਟਣਾ ਇਹਨੂੰ ਕਹਿੰਦੇ ਆ। ਦੇਖੋ ਮੈਂ ਇਹ ਗੱਲ ਕਹਿਣਾ ਚਾਹੁੰਦਾ, ਅਸੀਂ ਤਾਂ ਹੁਣ ਵੀ ਕਹਿ ਰਹੇ ਹਾਂ, ਅੱਜ ਇਹਨੇ ਮੂਰਤ ਰੱਖ ਕੇ ਦਿੱਤਾ ਸੀ, ਮਾਲਟਾਉਣ ਮੂਰਤ ਕਰਨਾ ਸੀ, ਫਿਰ ਭੱਜ ਕੇ ਆਇਆ ਕਿਉਂ ਨਹੀਂ? ਇਹਨੇ ਚੈਲੰਜ ਕੀਤਾ ਵੀ ਕੋਈ ਆ ਕੇ ਦਿਖਾਵੇ। ਮੈਂ ਪਹਿਲਾਂ ਕਿਹਾ ਸੀਗਾ ਵੀ ਮੈਂ ਇਕੱਲਾ ਜਾਊਂਗਾ, ਜਿੱਦਾਂ ਅਸੀਂ 2-4 ਬੰਦੇ ਸੇਵਾ ਕਰ ਜਾਂਦੇ, ਅੱਜ ਮੈਂ 2-4 ਗਿਆ, ਭੱਜ ਗਿਆ ਉੱਥੇ, ਕਿਉਂ ਭੱਜਿਆ? ਫਿਰ ਭੱਜਿਆ ਇਸ ਕਰਕੇ ਚੋਰ ਹਮੇਸ਼ਾ ਭੱਜਦਾ, ਭੱਜ ਅੱਜ ਨਹੀਂ, ਇਹਨੂੰ ਸੰਗਤ ਭਜਾਊਗੀ, ਗੁਰੂ ਦੀ ਸੰਗਤ, ਭੈੜੀ ਸੰਗਤ ਨਹੀਂ, ਭੈੜੀ ਸੰਗਤ ਦੇ ਨਾਲ ਹੀ ਰਵੇ, ਸਾਨੂੰ ਭੈੜੀ ਸੰਗਤ ਦੀ ਲੋੜ ਵੀ ਨਹੀਂ। ਸੋ ਇਹ ਗੱਲ ਕਰਨਾ ਚਾਹਾਂਗੀ ਮੈਂ ਉਸ ਵੀਡੀਓ ਦੀ ਜਿਹੜੀ ਕਿ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ
ਤੇ ਆਪ ਤੀਜੀ ਲੇਅਰ ਦੇ ਵਿੱਚ ਖੜ ਕੇ ਉੱਪਰੋਂ ਉੱਛਲ ਰਹੇ ਸੀ। ਜਿਹੜੇ ਪੁਲਿਸ ਵਾਲੇ ਸੀ ਉਸ ਸੰਬੰਧੀ ਥੋੜੀ ਜਿਹੀ ਜਾਣਕਾਰੀ ਦਿਓ, ਬੁਲਾਏ ਗਏ ਸਨ ਮੌਕੇ ਤੇ ਜਾਂ ਬੈਸ ਦੇ ਹੀ ਆਪਣੇ ਉਹਦੇ ਆਪਣੇ ਸਿਕਿਉਰਿਟੀ ਵਾਲੇ ਬੰਦੇ ਸੀਗੇ ਤੇ ਜਿਹੜੇ ਮੈਨੂੰ ਫੜਨ ਦੇ ਵਿੱਚ ਲੱਗੇ ਹੋਏ ਸੀਗੇ। ਉਛਲਦਾ ਤਾਂ ਉਹ ਪਿਆ ਸੀਗਾ, ਮਾਰਨ ਦੀ ਕੋਸ਼ਿਸ਼ ਉਹ ਕਰ ਰਿਹਾ ਸੀ, ਉਹਨੂੰ ਫੜਨਾ ਬਣਦਾ ਸੀ, ਪਰ ਉਹਨਾਂ ਨੇ ਵੀ ਆਪਣੀ ਡਿਊਟੀ ਚੱਜ ਨਾਲ ਨਹੀਂ ਨਿਭਾਈ। ਅਸੀਂ ਇਕੱਲੇ ਇਕੱਲੇ ਬੰਦੇ ਦੀ ਇੱਕ ਲਿਸਟ ਬਣ ਚੁੱਕੀ ਆ, ਜਿਹੜੇ ਬੰਦਿਆਂ ਨੇ ਵੀ ਉੱਥੇ ਨਿਊਸੈਂਸ ਕ੍ਰੀਏਟ ਕੀਤੀ ਆ। ਮੈਂ ਚੈੱਕ ਕੀਤੀ, ਉਹਨਾਂ ਵਿੱਚ ਗੈਂਗਸਟਰ, ਨਸ਼ੇ ਵੇਚਣ ਵਾਲੇ, ਬਦਮਾਸ਼, ਗੁੰਡਾ ਤੰਤਰ ਸਾਰੇ ਆ। ਉਹਨਾਂ ਦੀ ਇਕੱਲੇ ਇਕੱਲੇ ਲਿਸਟ ਬਣਾ ਕੇ ਅਸੀਂ ਬਿਲਕੁਲ ਕਾਨੂੰਨੀ ਤਰੀਕੇ ਨਾਲ ਲੜਾਈ ਲੜਾਂਗੇ। ਕਹਿੰਦੇ ਜਦੋਂ ਪਰਮਾਤਮਾ ਕਿਸੇ ਨੂੰ ਖਰਾਬ ਕਰ ਦਿੰਦਾ, ਜਦੋਂ ਘੜਾ ਕਿਸੇ ਦਾ ਭਰ ਜਾਂਦਾ, ਉਹਦੀ ਚੰਗਿਆਈ ਖੋਲ ਲੈਂਦਾ। ਅੱਜ ਇਹਦੀ ਚੰਗਿਆਈ ਖੋਲੀ ਹੈ, ਜਿਹੜਾ ਬਲਤਕਾਰ ਦਾ ਮਾਮਲੇ ਬਾਹਰ ਆਏ ਆ, ਜਿਹੜੇ ਲੈਂਡ ਮਾਫੀਆ ਦੇ ਬਾਹਰ ਆਏ ਆ, ਜਾਂ ਜਿਹੜੀ ਆਹ ਚੀਜ਼ ਇਹਦੀ ਹਰਕਤ ਬਾਹਰ ਆਈ ਹੈ, ਇਹ ਪਰਮਾਤਮਾ ਵੱਲੋਂ ਆ ਰਹੀ ਆ। ਇਹ ਕੋਈ ਮੇਰੀ ਕੋਈ ਔਕਾਤ ਨਹੀਂ, ਮੈਂ ਕਿਸੇ ਦੀ ਕੱਢਦਾ। ਮੇਰੀ ਤੁਸੀਂ ਹਲੀਮੀ ਦੀ ਗੱਲ ਕੀਤੀ, ਬੜਾ ਹਲੀਮੀ ਨਹੀਂ, ਮੇਰੇ 'ਚ ਕੋਈ ਹਲੀਮੀ ਨਹੀਂ। ਪਰਮਾਤਮਾ ਬਖਸ਼ਿਸ਼ ਕਰਦਾ, ਮੈਂ ਤਾਂ ਸਾਰੀ ਦੁਨੀਆ ਨੂੰ ਕਹਾਂਗਾ ਕੋਸ਼ਿਸ਼ ਕਰੋ। ਮੇਰੇ 'ਚ ਵੀ ਗੁੱਸਾ ਹੈਗਾ, ਮੇਰੇ 'ਚ ਵੀ ਮਾੜਾ, ਪਰ ਮੈਂ ਰੋਜ਼ ਅਰਦਾਸ ਇਹੀ ਕਰਦਾ ਕਿ ਪਰਮਾਤਮਾ ਮੇਰੇ 'ਚ ਐਗਰੈਸਿਵਪਨ ਜਾਂ ਗੁੱਸੇ ਵਾਲਾ ਕੰਮ ਨਾ ਆਵੇ। ਮੈਂ ਸਮਾਜ ਦੀ ਸੇਵਾ ਕਰਨਾ ਚਾਹੁੰਦਾ, ਮੈਂ ਕੋਈ ਗੁੰਡਾ ਨਹੀਂ ਹੈ। ਇਹ ਗੁੰਡਾ ਬਣਾਉਣਾ, ਆਪ ਵੀ ਬਣਿਆ, ਆਪਣੇ ਬੇਟੇ ਨੂੰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਚੀਜ਼ ਇਹਨੂੰ ਮੈਂ ਅੱਜ ਵੀ ਮੈਸੇਜ ਦਿੰਦਾ ਕਿ ਇਹ ਚੀਜ਼ਾਂ 'ਚੋਂ ਬਾਹਰ ਨਿਕਲ। ਗੁੰਡਾਗਰਦੀ ਦੇ ਨਾਲ ਲੀਡਰੀ ਕਰਨੀ ਇਹ ਸਮਾਜ ਦੇ ਵਿੱਚ ਗੰਦ ਪਾਉਣ ਵਾਲੀ ਗੱਲ ਹੈ। ਇਸ ਇੱਥੇ ਸਿਆਸਤ ਦਾ ਨਹੀਂ। ਬਿਲਕੁਲ ਬਿਲਕੁਲ ਸਰ, ਹੁਣ ਮੈਂ ਤੁਹਾਡੇ ਦੇ ਮਤਲਬ ਸਵਾਲ ਇਹ ਪੁੱਛਣਾ ਚਾਹਾਂਗੀ, ਲੜਾਈ ਝਗੜਾ ਹੋ ਜਾਂਦਾ, ਠੰਡਾ ਹੋ ਜਾਂਦਾ ਮਸਲਾ, ਉਸ ਤੋਂ ਬਾਅਦ ਫਿਰ ਤੁਸੀਂ ਪ੍ਰਵੋਕ ਕਰ ਰਹੇ ਹੋ, ਇੱਕ ਦਿਨ ਬਾਅਦ ਵੀਡੀਓ ਪਾਈ ਜਾਂਦੀ ਹੈ ਬਲਤਕਾਰੀ ਬੈਂਸ ਦੀ, ਸੱਚਾਈ ਆਏਗੀ ਸਾਹਮਣੇ, ਇਸ ਤਰ੍ਹਾਂ ਦੀਆਂ ਵੀਡੀਓ ਦੇ ਕੈਪਸ਼ਨ ਦੇ ਕੇ ਜਿਹੜੇ ਕਿ ਉਸਦੇ ਵਿੱਚ ਤੁਸੀਂ ਵੀਡੀਓਜ਼ ਦਿਖਾ ਰਹੇ ਹੋ, ਵਾਇਰਲ ਕਰ ਰਹੇ ਹੋ, ਅਤੇ ਉਹ ਵੀਡੀਓ ਪ੍ਰਵੋਕਿੰਗ ਕਰਨਾ ਨਹੀਂ ਕਹਿੰਦੇ, ਉਹਨੂੰ ਕੀ ਕਹਿੰਦੇ? ਤੁਸੀਂ ਫਿਰ ਦੁਬਾਰਾ ਪ੍ਰਵੋਕ ਕਰ ਰਹੇ ਹੋ? ਤੁਸੀਂ ਕਹਿੰਦੇ ਪ੍ਰਵੋਕ ਕਰ ਰਹੇ, ਮੈਂ ਸਾਹਮਣੇ ਵਿਦ ਪ੍ਰੂਫ ਹਰ ਚੀਜ਼ ਦਿਖਾਈ, ਜਾਵੇ ਕੋਰਟ 'ਚ। ਇਹਨੂੰ ਲੱਗਦਾ ਕਿ ਮੈਂ ਗਲਤ ਕਰ ਰਿਹਾ, ਮੈਂ ਗਲਤ ਬੋਲ ਰਿਹਾ, ਫਿਰ ਵਾਏ ਜਾਂਦਾ ਕਿਉਂ ਨਹੀਂ? ਵਾਏ ਨੋਟ? ਕਿਉਂ ਉਹਨੂੰ ਕਿਸੇ ਨੇ ਰੋਕਿਆ ਹੋਇਆ? ਉਹਨੂੰ ਕਿਸੇ ਦੇ ਹੱਥ ਬੰਨੇ? MLA ਦੋ ਭਰਾ, ਉਹ ਸਰਕਾਰ ਤੱਕ ਹੱਥ ਉਹਨਾਂ ਦਾ ਪੈਂਦਾ, ਕਾਂਗਰਸੀ ਏਜੰਟ, ਉਹ ਸਾਰੀਆਂ ਪਾਵਰਾਂ ਉਹਨਾਂ 'ਤੇ, ਅੱਜ ਤੱਕ ਬਲਤਕਾਰ ਦਾ ਪਰਚਾ ਨਹੀਂ ਦਰਜ ਹੁੰਦਾ ਪਿਆ, ਹੋਰ ਵੀ ਜਿਹੜੇ ਲੋਕਾਂ ਨੇ ਕੰਪਲੇਂਟਾਂ ਦਿੱਤੀਆਂ ਨੇ ਪਾਵਰ ਦੇ ਵਿੱਚ ਹੈਗੇ। ਫਿਰ ਜਾਣ ਨਾ ਕੋਰਟ 'ਚ, ਥਾਣੇ ਜਾਣ, ਮੇਰੇ ਖਿਲਾਫ ਕੰਪਲੇਂਟ ਕਰਨ, ਕੋਰਟ ਦੇ ਵਿੱਚ ਜਾਣ। ਫਿਰ ਡਰ ਕਿਸ ਗੱਲ ਦਾ? ਡਰ ਇਸ ਗੱਲ ਦਾ, ਮੈਂ ਵਾਰ ਵਾਰ ਕਹਿੰਦਾ, ਕਿਸੇ ਦਾ ਡਰ ਨਹੀਂ ਹੁੰਦਾ, ਆਪਣੇ ਪਾਪਾ ਦਾ ਡਰ ਹੁੰਦਾ ਅਤੇ ਆਪਣੇ ਪਾਪ ਮਾਰੇ। ਉਹਨੂੰ ਲੱਗਦਾ ਮੈਂ ਗਲਤ ਬੋਲਿਆ, ਮੰਨ ਲਓ ਡੈਮੋਕ੍ਰੇਸੀ ਹੈ, ਕੋਰਟ ਖੁੱਲ੍ਹੇ ਆ, ਕਚਹਿਰੀਆਂ ਖੁੱਲ੍ਹੀਆਂ, ਥਾਣੇ ਖੁੱਲ੍ਹੇ ਆ, ਫਿਰ ਜਾਂਦਾ ਕਿਉਂ ਨਹੀਂ ਪਿਆ? ਜ਼ਿਆਦਾ ਇਹਨੂੰ ਸਮਝ ਨਹੀਂ, ਤਾਂ ਮਤਲਬ ਜ਼ਿਆਦਾ ਇਹਨੂੰ ਸਮਝ ਨਹੀਂ ਹੈਗੀ ਕਾਨੂੰਨ ਦੀ। ਸੋ ਗੁਰਦੀਪ ਸਿੰਘ ਗੋਸ਼ਾ ਜੀ, ਗੁੱਸਾ ਨਾ ਕਰਿਓ, ਪਰ ਇੱਕ ਗੱਲ ਪੁੱਛਣਾ ਚਾਹਾਂਗੇ, ਜਿੱਥੇ ਕੰਟਰੋਵਰਸੀ ਹੁੰਦੀ ਹੈ ਉੱਥੇ ਗੁਰਦੀਪ ਸਿੰਘ ਗੋਸ਼ਾ ਹੀ ਕਿਉਂ ਲਾਈਮਲਾਈਟ ਦੇ ਵਿੱਚ ਆਉਂਦਾ ਹਮੇਸ਼ਾ? ਕਿਤੇ ਤੁਸੀਂ ਲਾਈਮਲਾਈਟ 'ਚ ਤਾਂ ਨਹੀਂ ਆਉਣਾ ਚਾਹੁੰਦੇ, ਮੀਡੀਆ ਦੇ ਵਿੱਚ ਆਉਣਾ ਤਾਂ ਨਹੀਂ ਚਾਹੁੰਦੇ, ਕਿਉਂਕਿ ਛਵੀ ਬਣ ਕੇ ਰਹੇ? ਪ੍ਰਿੰਕਾ ਜੀ, ਦੁਨੀਆ ਸਾਰੀ ਜਾਣਦੀ ਹੈ, ਅੱਜ ਦਾ ਨਹੀਂ, ਮੈਨੂੰ ਅੱਜ 16-17 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੂੰ। ਪਰਮਾਤਮਾ ਦੀ ਕਿਰਪਾ ਸਦਕਾ ਬਹੁਤ ਪਿਆਰ ਮਿਲਦਾ ਆ। ਪਰ ਜਿਹੜੀ ਦਾ ਦੇਖੋ, ਮੈਂ ਤੁਹਾਨੂੰ ਫਿਰ ਸ਼ੁਰੂਆਤ ਦੀ ਗੱਲ ਕਰ ਦਿੰਦਾ, ਸੱਚ ਅਤੇ ਝੂਠ ਦੀ ਲੜਾਈ ਅੱਜ ਦੀ ਨਹੀਂ ਹੈ। ਹੁਣ ਤੁਸੀਂ ਕਹੋਗੇ ਭਗਤ ਸਿੰਘ ਜੀ ਸ਼ਹੀਦ ਕਿਉਂ, ਰਾਜਗੁਰੂ ਸ਼ਹੀਦ ਕਿਉਂ, ਲਾਲਾ ਲਾਜਪਤ ਰਾਏ ਜੀ ਸ਼ਹੀਦ ਕਿਉਂ, ਸੁਖਦੇਵ ਜੀ ਸ਼ਹੀਦ ਕਿਉਂ, ਇਹ ਕਰਤਾਰ ਸਿੰਘ ਸਰਾਭਾ ਜੀ ਸ਼ਹੀਦ ਕਿਉਂ, ਸਾਰੀ ਦੁਨੀਆ ਸ਼ਹੀਦ ਕਿਉਂ ਨਹੀਂ? ਅਤੇ ਫਿਰ ਸਾਰਿਆਂ ਦੇ ਹਿੱਸੇ ਦਾ ਕੋਈ ਚੀਜ਼ ਨਹੀਂ ਆਉਂਦੀ, ਅਤੇ ਪਰਮਾਤਮਾ ਨੂੰ ਪਤਾ ਵੀ ਇਹ ਹੁਣ ਮੇਰੇ ਹੱਥ ਹੈ ਜਾਂ ਤੁਹਾਡੇ ਹੱਥ ਹੈ, ਇਹ ਤਾਂ ਪਰਮਾਤਮਾ ਦੇ ਹੱਥ ਆ। ਹੁਣ ਮੈਂ ਕਹੂੰਗਾ ਤੁਸੀਂ ਕਿਉਂ, ਹੁਣ ਤੁਸੀਂ ਵੀ ਅੱਜ ਦੁਨੀਆ 'ਚ ਜਾਣੇ ਜਾਂਦੇ ਹੋ, ਪ੍ਰਿੰਕਾ ਲੁਧਿਆਣਾ ਲਾਈਵ ਵੀ ਜਾਣਿਆ ਜਾਂਦਾ, ਇਹ ਕਿਉਂ? ਇਹ ਜਿਹਨੂੰ ਬਖਸ਼ਿਸ਼ ਪਰਮਾਤਮਾ ਨੇ ਕਰਨੀ ਹੈ ਉਹਨੇ ਅੱਗੇ ਜਾਣਾ, ਦੂਜੇ ਨੇ ਅੱਗੇ ਜੀ। ਤੁਸੀਂ ਇੱਕ ਵਾਰੀ ਫਿਰ ਤੋਂ ਲਲਕਾਰ ਮਾਰ ਦਿਓ ਸਿਮਰਜੀਤ ਸਿੰਘ ਬੈਂਸ ਨੂੰ ਕਿ ਫਿਰ ਉਦਘਾਟਨ ਕਰ, ਮੈਂ ਫਿਰ ਆਊਂਗਾ, ਮੈਂ ਫਿਰ ਉੱਥੇ ਤੈਨੂੰ ਸਵਾਲ ਪੁੱਛਾਂਗਾ। ਪਰ ਜੇਕਰ ਬੀਤੀ ਇਹ ਵੀਡੀਓ ਦੀ ਗੱਲ ਕਰ ਲਿੱਤੀ ਜਾਵੇ, ਉਸ ਵੀਡੀਓ ਦੇ ਵਿੱਚ ਗੁਰਦੀਪ ਸਿੰਘ ਗੋਸ਼ਾ ਖੁਦ ਹੀ ਭੱਜਦਾ ਨਜ਼ਰ ਆਉਂਦਾ, ਲਲਕਾਰ ਵੀ ਮਾਰ ਦਿਓ, ਖੁਦ ਹੀ ਭੱਜ ਜਾਂਦੇ ਹੋ? ਜਿਹੜੀ ਦੇਖੋ, ਜਿਹੜੀ ਵੀਡੀਓ ਉਹ ਕੱਢਣਗੇ ਨਾ, ਉਹਨਾਂ ਨੂੰ ਤਾਂ, ਉਹਨਾਂ ਨੇ ਤਾਂ ਆਪਣੀ ਔਕਾਤ ਦੱਸਤੀ ਵੀ ਮੈਂ ਐਡਿਟ ਇਹ ਕਰਨਗੇ, ਕਰਕੇ ਆਪ ਐਡਿਟ ਬਹੁਤ ਕੁਛ ਕਰ ਸਕਦਾ। ਤੁਸੀਂ ਇੱਕ ਗੱਲ ਦੇਖੋ, ਮੈਂ ਫਿਰ ਕਹਿ ਦਿੰਦਾ, ਲਲਕਾਰ ਦਾ ਇੱਕ ਸਟਾਈਲ ਹੁੰਦਾ, ਕੰਮ ਕਰਨ ਦਾ ਇੱਕ ਸਟਾਈਲ ਹੁੰਦਾ, ਮੈਂ ਲਲਕਾਰ ਇਸ ਗੱਲ ਦੀ ਮਾਰਦਾ ਵੀ ਜਿੱਤੇ ਝੂਠਾ ਮੂਰਤ ਕਰੇਗਾ ਮੈਂ ਜਾਊਂਗਾ ਜੀ, ਸੱਚਾ ਮੂਰਤ ਕਰੇ, ਕਾਗਜ਼ ਦੇ ਕੋਲ ਹੋਣ, ਅਸੀਂ ਉਹਦਾ ਵੈਲਕਮ ਕਰਾਂਗੇ, ਸਲੂਟ ਕਰਾਂਗੇ ਵੀ ਇਹਨੇ ਯਾਰ, ਇਹਨੇ ਵਿਕਾਸ ਕਰਾਇਆ। ਇੱਕ ਕਾਗਜ਼ 'ਚ ਸਿਮਰ ਬੈਂਸ, ਬਲਵਿੰਦਰ ਬੈਂਸ, ਇੱਕ ਕਾਗਜ਼ ਦਿਖਾ ਦੇਵੇ ਆਪਣੇ ਦੋਨੋਂ ਹਲਕਿਆਂ ਵਾਸਤੇ ਵੀ ਅਸੀਂ ਆਹ ਵਿਕਾਸ ਕਰਾਇਆ ਖੁਦ, ਫਿਰ ਤਾਂ ਅਸੀਂ ਮੰਨੀਏ ਨਾ। ਇੱਕ ਲੈਟਰ ਦਿਖਾ ਦਿੰਦਾ ਅਸੀਂ ਆਹ ਪਿਛਲੇ CM ਸਾਹਿਬ ਨੂੰ ਜਾਂ ਅਗਲੇ CM ਸਾਹਿਬ ਨੂੰ ਲਿਖਿਆ, ਐਵੇਂ ਨਹੀਂ ਪ੍ਰਿੰਕਾ ਜੀ। ਹੁਣ ਇੱਥੇ ਆ ਕੇ ਕੋਈ ਆ ਕੇ ਤੁਹਾਡੇ ਇੱਥੇ ਆ ਕੇ ਕਵੇ ਮੂਰਤ ਕਰਨਾ ਜੀ ਮੈਂ ਲੁਧਿਆਣਾ ਲਾਈਵ ਦਾ, ਇਹਦਾ ਕੀ ਬਣੂਗਾ ਜੀ? ਗਲਤ ਨਾ ਮੂਰਤ ਕਰੇ, ਹਾਂ ਠੀਕ ਹੋਵੇ ਕਰੇ, ਅਸੀਂ ਮੈਂ ਸਲੂਟ ਕਰਨ ਜਾਊਂਗਾ ਵੀ ਤੂੰ ਚੰਗਾ ਕੰਮ ਕਰ ਰਿਹਾ, ਮਾੜੇ ਕੰਮ ਦਾ ਮੈਂ ਸਲੂਟ ਨਹੀਂ, ਮਾੜੇ ਕੰਮ ਦੀ ਸੱਚਾਈਆਂ ਦਿਖਾਊਂਗਾ, ਅੱਜ ਵੀ ਦਿਖਾਊਂਗਾ, ਕੱਲ ਵੀ ਦਿਖਾਊਂਗਾ, ਅੱਗੋਂ ਵੀ ਦਿਖਾਊਂਗਾ ਜੀ। ਉਸ ਇੰਸੀਡੈਂਟ ਤੋਂ ਬਾਅਦ ਆ ਜਿਹੜਾ ਕਿ ਸਿਮਰਜੀਤ ਬੈਂਸ ਥੋੜ੍ਹਾ ਚੁੱਪ ਨਜ਼ਰ ਆਉਂਦੇ ਨੇ, ਪਰ ਤੁਸੀਂ ਬਾਰ ਬਾਰ ਵੀਡੀਓ ਪਾ ਕੇ ਉਹਨਾਂ ਨੂੰ ਕਦੇ ਬਾਗੜ ਬਿੱਲਾ ਆਖ
ਇੱਕ ਬਾਗੜ ਬਿੱਲਾ ਹੁੰਦਾ, ਬਾਗੜ ਬਿੱਲਾ ਵੀ ਨਾ ਥੋੜ੍ਹਾ ਜਿਹਾ ਥੋੜ੍ਹਾ ਸ਼ਕਲ ਉਹਦੀ ਸ਼ੇਰਾਂ ਵਰਗੀ ਹੁੰਦੀ ਹੈ ਅਤੇ ਲੋਕਾਂ ਨੂੰ ਕਈ ਵਾਰੀ ਭੁਲੇਖਾ ਪੈ ਜਾਂਦਾ, ਵੱਡਾ ਹੁੰਦਾ ਨਾ ਬਿੱਲੀ ਤੋਂ ਬਾਗੜ ਬਿੱਲਾ ਲੱਗਦਾ ਵੀ ਸ਼ੇਰ ਹੈ ਜੀ, ਪਰ ਜਦੋਂ ਕਈ ਵਾਰੀ ਚੂਹਾ ਵੱਡਾ ਵੀ ਆ ਜਾਂਦਾ ਨਾ ਅੱਗੇ ਅਤੇ ਉਹ ਵੀ ਭੱਜਦਾ ਅਤੇ ਇਹ ਬੰਦਾ ਹੀ ਕੀ ਹੈ ਇਹ, ਤਾਂ ਮੈਂ ਇਹਨੂੰ ਬਾਗੜ ਬਿੱਲਾ ਕਹਿੰਦਾ, ਇਹ ਦੇਖਣ ਨੂੰ ਦੇਖੇ ਦੀ ਸ਼ੇਰ ਵਰਗੀ, ਪਿਛਲਾ ਗਿੱਦੜ ਲੱਗਾ ਭੱਜਦਾ ਬੜੀ ਤੇਜ਼ ਆ ਜੀ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅੱਜ ਭੱਜਿਆ, ਅੱਜ ਭੱਜਿਆ ਨਾ ਮਲਟਨ ਤੋਂ ਭੱਜਿਆ ਆਉਂਦਾ, ਫਿਰ ਲੋਕ ਪਤਾ ਲੱਗ ਜਾਂਦਾ ਸੰਗਤ ਦਾ ਮਤਲਬ ਕੀ ਹੁੰਦਾ, ਸੰਗਤ ਦਾ ਇੰਤਜ਼ਾਰ ਕਰ ਰਹੀ ਸੀ, ਫਿਰ ਸੰਗਤ ਤੋਂ ਭੱਜਿਆ ਕਿਉਂ, ਹੁਣ ਸੰਗਤ ਚੰਗੀ ਨਹੀਂ ਲੱਗ ਰਹੀ, ਹੁਣ ਆਪਣੀ ਭੈੜੀ ਸੰਗਤ ਨੂੰ ਉੱਥੇ ਲੈ ਕੇ ਜਾਂਦਾ, ਫਿਰ ਅਸਲੀ ਸੰਗਤ ਅਤੇ ਨਕਲੀ ਸੰਗਤ ਦਾ ਪਤਾ ਲੱਗ ਜਾਂਦਾ। ਮੈਂ ਤਾਂ ਇਹਨੂੰ ਬਾਗੜ ਬਿੱਲਾ ਕਹਿੰਦਾ, ਅੱਜ ਵੀ ਕਹਿੰਦਾ, ਕੱਲ੍ਹ ਵੀ ਕਹਿੰਦਾ, ਜੇ ਅੱਛਾ ਇਹਦੇ ਬੰਦੇ ਨਾ ਵਾਰ ਵਾਰ ਉਹ ਸ਼ੇਰ ਦੀਆਂ ਫੋਟੋਆਂ ਬਣਾ ਕੇ ਇਹਦੇ ਨਾਲ ਲਾ ਦਿੰਦੇ ਵੀ ਇਹ ਸ਼ੇਰ ਹੈ ਸ਼ੇਰ ਹੈ, ਇਨਸਾਨ ਹੀ ਬਣ ਜਾਓ, ਕੀ ਜਾਨਵਰ ਦੇ ਜਾਨਵਰ ਹੀ ਰਹਿਣਾ ਅੱਜ ਆਪਾਂ। ਸਰ ਜਿਹੜੀ ਵੀਡੀਓ ਸਾਹਮਣੇ ਆਈ ਹੈ, ਜਿਹੜੀਆਂ ਲੜਾਈ ਦੀਆਂ ਵੀਡੀਓ ਸਾਹਮਣੇ ਆਈ ਹੈ, ਮਾਂ ਭੈਣ ਦੀਆਂ ਗਾਲਾਂ ਕੱਢੀਆਂ ਗਈਆਂ ਨੇ, ਉਹ ਵੀਡੀਓ ਕਾਫੀ ਮੰਦਭਾਗੀ ਮੰਨੀ ਜਾ ਰਹੀ ਹੈ, ਸੋ ਉਸ ਵੀਡੀਓ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕਿ ਉਹ ਲੜਾਈ ਹੋਈ ਹੈ ਅਤੇ ਆਖਿਰਕਾਰ ਉਸਦਾ ਜ਼ਿੰਮੇਵਾਰ ਕੌਣ ਹੈ? ਜਿਹੜਾ ਬੰਦਾ ਗਾਲਾਂ ਕੱਢੇ, ਜਿਹੜਾ ਬੰਦਾ ਹੱਥੋਂ ਪਾਈ ਕਰੇ, ਤੀਜੀ ਗੱਲ ਹੋਰ ਮੰਦਭਾਗੀ ਗੱਲ ਕਰਦਾ ਨਾ, ਪੱਗ, ਪੱਗ ਇੱਕ ਯਾਰ ਛੋਟੀ ਚੀਜ਼, ਪੱਗ ਪੱਗ ਦਾ ਮਤਲਬ ਕੀ ਹੈ? ਪੱਗ ਦਾ ਮਤਲਬ ਹੈ ਵੀ ਇੱਕ ਦੋ, ਮੇਰੇ ਮੈਂ ਪ੍ਰਿੰਕਾ ਜੀ, ਪ੍ਰਿੰਕਾ ਜੀ, ਦੋ ਬੰਦਿਆਂ ਦੀ ਲੜਾਈ ਹੁੰਦੀ ਹੈ, ਪੱਗ ਉੱਛਲ ਜਾਂਦੀ ਹੈ, ਇੱਕ ਬੰਦਾ ਖੜਾ ਆ, ਦੂਜਾ ਬੰਦਾ ਆ ਕੇ ਹਮਲਾ ਕਰਦਾ, ਉਹਦੀ ਪੱਗ ਜਾਣ ਬੁੱਝ ਕੇ ਉਤਾਰਦਾ, ਮੇਰੇ ਵੀ ਹੱਥ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਕੀ ਹੈ ਅੰਮ੍ਰਿਤ ਤਾਰੇ ਬੰਦਿਆਂ ਦੀ ਤੂੰ ਪੱਗ ਲਾਏਗਾ ਅਤੇ ਤੂੰ ਆਪਣੇ ਭਰਾ ਜਿਹੜੇ ਤੇਰੇ ਭਰਾ ਵੱਡੀ ਕਿਰਪਾਨ ਪਾ ਕੇ ਫਿਰਦੇ ਆ, ਫਿਰ ਉਹਦੇ ਮੂੰਹ 'ਚ ਬਿਆਨ ਕਿਉਂ ਨਹੀਂ ਨਿਕਲਿਆ? ਨਹੀਂ ਨਹੀਂ, ਮੈਂ ਗੱਲ ਦੇਖੋ, ਨਹੀਂ ਮੈਂ ਕੋਈ ਬਦਭਾਗੀ, ਇੱਕ ਬੰਦਾ ਆਪ ਹੀ ਪੱਗ ਲਾ ਕੇ ਬਦਭਾਗੀ ਕਿੱਦਾਂ ਕਹਿ ਦੂਗਾ, ਆਵੇ ਫਿਰ ਕੋਰਟ ਕਚਹਿਰੀ ਦੇ ਵਿੱਚ, ਕੋਰਟ 'ਚ ਕਵੇ ਵੀ ਮੈਂ ਪੱਗ ਲਾਈ ਹੈ ਜੀ? ਤੁਹਾਡੇ ਵੱਲੋਂ ਜਿਹੜਾ ਕਿ ਕੇਸ ਫਾਈਲ ਕਰਵਾਇਆ ਗਿਆ, ਹੁਣ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੀ ਸ਼ਹਿ ਤੇ ਬੈਂਸ ਇਹ ਕੰਮ ਕਰ ਰਿਹਾ, ਕਿ ਹੁਣ ਪ੍ਰਸ਼ਾਸਨ ਉਸ ਦੇ ਵਿਰੁੱਧ ਕਾਰਵਾਈ ਕਰੇਗਾ ਜਾਂ ਨਹੀਂ? ਪ੍ਰਿੰਕਾ ਜੀ, ਜੇ ਉਹਦੇ ਨਾਲ ਪ੍ਰਸ਼ਾਸਨ ਤਾਂ ਕੀ ਹੈ, ਕਾਂਗਰਸ ਪੂਰੀ ਸਰਕਾਰ ਉਹਦੇ ਨਾਲ ਖੜੀ ਹੈ, ਜੇ ਉਹਦੇ ਨਾਲ ਨਾ ਖੜੀ ਹੁੰਦੀ, ਇੱਕ ਲਾਈਵ ਵੀਡ ਦੇ ਵਿੱਚ ਬਦਤਮੀਜੀ ਕਰਦਾ, ਇੱਕ ਲਾਈਵ ਵੀਡ ਦੇ ਵਿੱਚ ਸਾਫ਼ ਗਾਲਾਂ ਕੱਢਦਾ, ਇੱਕ ਲਾਈਵ ਵੀਡ ਦੇ ਵਿੱਚ ਆਪ ਪੱਗ ਲਾਉਂਦਾ ਦਿਖ ਰਿਹਾ, ਇੱਕ ਲਾਈਵ ਵੀਡ 'ਚ ਆਪ ਗਾਲਾਂ ਕੱਢਦਾ ਦਿਖ ਰਿਹਾ, 15 ਮਿੰਟ 'ਚ ਪਰਚਾ ਦਰਜ ਹੋਣਾ ਚਾਹੀਦਾ ਵਿਧਾਨ ਸਭਾ ਦੇ? ਠੀਕ ਹੈ, ਇੱਕ MLA 'ਤੇ ਪਰਚਾ ਦਰਜ ਕਰਨ ਵਾਸਤੇ ਮਨਜ਼ੂਰੀ ਲੈਣੀ ਪੈਂਦੀ ਸਪੀਕਰ ਸਾਹਿਬ ਦੀ, ਕਿ ਸਪੀਕਰ ਸਾਹਿਬ ਸੁੱਤੇ ਪਏ ਆ, ਸਮੁੱਚੀ ਦੁਨੀਆ ਨੂੰ ਪਤਾ ਲੱਗ ਗਿਆ ਗੱਲ ਦਾ, ਸਮੁੱਚੀ ਦੁਨੀਆ ਦੀ ਲਾਂਤਾਂ ਇਹਨੂੰ ਪੈ ਗਈਆਂ, ਅਤੇ ਕਿ ਸਪੀਕਰ ਸਾਹਿਬ ਸੁੱਤੇ ਪਏ ਆ, ਉਹਦਾ ਬੇਟੇ ਦਾ MLA 'ਤੇ ਨਹੀਂ ਹੈਗਾ, FIR ਉਦੋਂ ਦਰਜ ਕਰ ਦਿੰਦੇ, ਬਾਅਦ 'ਚ ਉਹਦਾ ਸਪੀਕਰ ਸਾਹਿਬ ਤੋਂ ਨਾਮ ਪੈ ਜਾਂਦਾ, ਫਿਰ ਉਹਨੂੰ ਸ਼ਰਨ ਨਹੀਂ ਦੇ ਰਹੇ ਤੇ ਅਸੀਂ ਕੀ ਕਹੀਏ? ਤੁਸੀਂ ਦੱਸੋ, ਇੱਕ ਗੁਰਦੀਪ ਸਿੰਘ ਗੋਸ਼ਾ ਮਾੜੀ ਜਿਹੀ ਗੱਲ ਹੁੰਦੀ ਆ, DMC ਦੇ ਬਾਹਰ ਧਰਨਾ ਲਾਉਂਦਾ ਆ, ਚਾਹੇ ਚਾਰ ਬੰਦੇ ਹੁੰਦੇ, ਉਹ 'ਤੇ ਪਰਚਾ ਦਰਜ ਹੋ ਜਾਂਦਾ, ਗੁਰਦੀਪ ਸਿੰਘ ਗੋਸ਼ਾ ਵਪਾਰੀਆਂ ਦੇ ਨਾਲ ਖੜਦਾ ਆ, ਅਤੇ ਉਹ 'ਚ ਪਰਚਾ 10 ਮਿੰਟ ਬਾਅਦ ਪਤਾ ਲੱਗਦਾ ਪਰਚਾ ਦਰਜ ਹੋ ਗਿਆ, ਇਹਦੇ ਵਾਸਤੇ ਕਾਹਦੇ ਵਾਸਤੇ, ਇਹਦੇ ਵਾਸਤੇ ਸੋਲੇ ਕਿਉਂ ਗਾਏ ਜਾ ਰਹੇ, ਕੀ ਜ਼ਰੂਰਤ ਪੈ ਗਈ? ਪਰ ਇੱਕ ਗੱਲ ਯਾਦ ਰੱਖ ਲਵੇ, ਕਾਂਗਰਸ ਆਖਿਰਕਾਰ ਇੰਨੇ ਬੰਦੇ ਲੈ ਕੇ ਜਾਣਾ ਉਸ ਜਗ੍ਹਾ 'ਤੇ ਜਿੱਥੇ ਪਤਾ ਕਿ ਇਨੋਗ੍ਰੇਸ਼ਨ ਕਰ ਰਿਹਾ ਬੈਂਸ, ਉੱਥੇ ਸੋਚੀ ਸਮਝੀ ਸਾਜਿਸ਼ ਲੱਗ ਰਹੀ ਹੈ? ਹਾਂ ਬਿਲਕੁਲ, ਮੈਂ ਤਾਂ ਆਪ ਕਹਿ ਰਿਹਾ ਵੀ 100 ਬੰਦੇ ਲੈ ਕੇ ਗਿਆ, ਉੱਥੇ ਖੜਾ ਹੋਇਆ ਸੀ, 100 ਬੰਦੇ ਸਾਜਿਸ਼, ਮੈਂ ਤਾਂ ਬਾਰ ਬਾਰ ਕਹਿ ਰਿਹਾ, ਤੁਹਾਡੇ ਵੱਲੋਂ ਵੀ ਕਾਫੀ ਮੇਰੇ ਪ੍ਰਿੰਕਾ ਜੀ, ਤੁਸੀਂ ਮੇਰੀ ਨਾ ਸਾਰੀ ਵੀਡੀਓ ਦੇਖ ਸਕਦੇ ਸੀ, 4 ਜਾਂ 5 ਬੰਦੇ ਟੋਟਲ ਸੀਗੇ, ਕੋਈ ਬੰਦਾ ਨਹੀਂ ਸੀਗਾ, ਜੇ ਬੰਦੇ ਹੁੰਦੇ ਤਾਂ ਗੱਲ ਹੋ। ਕਿ ਤੁਸੀਂ ਕੀ ਮੰਨਦੇ, ਤੁਹਾਨੂੰ ਬੁਲਾਇਆ ਗਿਆ ਸਾਜਿਸ਼ ਦੇ ਤਹਿਤ, ਜਾਣਬੁੱਝ ਕੇ ਕਿਸੇ ਵੱਲੋਂ ਬੁਲਾਇਆ ਗਿਆ, ਆਪਣਾ ਹੀ ਕੋਈ ਤੁਹਾਡੇ ਪਿੱਛੇ ਵਾਰ ਕਰ ਰਿਹਾ ਲੱਗਦਾ, ਕਾਰਨ ਪਤਾ ਨਹੀਂ, ਨਹੀਂ ਆਪਣੇ ਬੰਦੇ ਨਹੀਂ, ਮੈਂ ਕੀ ਕਹਿ ਰਿਹਾ, ਆਪਣੇ ਬੰਦੇ ਤਾਂ ਅਸੀਂ ਗਏ ਆ, ਇਹਨਾਂ ਨੇ ਕੋਈ ਇਹੋ ਜਿਹਾ ਸਿਸਟਮ ਬਣਾਇਆ, ਜਾਣਬੁੱਝ ਕੇ ਉੱਤੇ ਖੜੇ ਆ, ਇਹਨਾਂ ਨੂੰ ਪਤਾ ਇਹ ਤੋਂ ਲੰਘਣਾ, ਪਰ ਇਹਦੀ ਸੱਚਾਈਆਂ ਤੱਕ ਸਾਨੂੰ ਆ ਚੁੱਕਿਆ, ਪਰ ਅਸੀਂ ਤੱਤ ਇਕੱਠੇ ਕਰ ਰਹੇ, ਪਰ ਰੋਕ ਤੇ ਗੱਡੀ ਤੁਹਾਡੇ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਜਦੋਂ ਉਦਘਾਟਨ ਕਰਦੇ ਆ, ਤੁਸੀਂ ਜਿਵੇਂ ਆਪ ਕਹਿੰਦੇ ਹੋ? ਨਹੀਂ ਨਹੀਂ ਨਹੀਂ, ਰੋਕਿਆ ਤੁਸੀਂ ਨਾ, ਮੇਰੀ ਵੀਡੀਓ ਚੈੱਕ ਨਹੀਂ ਕੀਤੀ, ਮੈਂ ਕਿਹਾ ਬੈਂਸ ਸਾਹਿਬ, ਆਹ ਸਾਡੇ ਕੋਲ ਕਾਗਜ਼ ਹੈ, ਆਹ ਗੋਲਵੜੀ ਸਾਹਿਬ, ਤੁਸੀਂ ਸੇਵਾ ਕਰਨ ਗਏ ਸੀ, ਕਾਗਜ਼ ਨਾਲ ਲੈ ਕੇ ਗਏ ਸੀ? ਗੋਲਵੜੀਆ ਸਾਹਿਬ ਦੇ ਬੇਟੇ ਉੱਥੇ ਸੀ, ਤੁਸੀਂ ਗੱਲ ਮੇਰੀ ਸ਼ੁਰੂਆਤ ਤੋਂ ਸੁਣੀ ਨਹੀਂ, ਗੋਲਵੜੀਆ ਸਾਹਿਬ ਦੇ ਬੇਟੇ ਉੱਥੇ ਮੌਜੂਦ ਸੀ, ਉਹਨਾਂ ਨੇ ਗੋਲਵੜੀਆ ਸਾਹਿਬ ਦਾ, ਉਹਦੇ ਬੇਟੇ ਇਕੱਲੇ ਸੀਗੇ, 2 ਜਣੇ ਖੜੇ ਸੀਗੇ, ਗੋਲਵੜੀ ਸਾਹਿਬ ਦੇ ਬੇਟੇ ਨੂੰ ਉਹਨਾਂ ਨੇ ਕਿਹਾ ਵੀ ਕਾਗਜ਼ ਦਿਖਾਓ, ਉਹ ਮੇਅਰ ਦੇ ਬੇਟੇ ਹੈ, ਉਹ ਜਦੋਂ ਗੱਡੀ 'ਚੋਂ ਕਾਗਜ਼ ਲੈ ਕੇ, ਇਨ ਬਿਟਵੀਨ ਮੈਂ ਪਹੁੰਚਿਆ ਉੱਥੇ, ਜਦੋਂ ਕਾਗਜ਼ ਲੈ ਕੇ ਪਹੁੰਚੇ ਉੱਥੇ ਕਿਹਾ ਬੈਂਸ ਸਾਹਿਬ, ਬੈਂਸ ਸਾਹਿਬ ਸ਼ਬਦ ਨਾ, ਤੁਸੀਂ ਮੇਰੀ ਵੀਡੀਓ ਚੈੱਕ ਕਰ ਸਕਦੇ, ਮੈਂ ਬੈਂਸ ਸਾਹਿਬ ਕਰਕੇ ਗਿਆ, ਪਰ ਕਿਸੇ ਨੂੰ ਨਾ ਸਾਹਿਬ ਹਜ਼ਮ ਨਹੀਂ ਹੁੰਦਾ, ਅਤੇ ਉਹਨੂੰ ਸਾਹਿਬ ਹਜ਼ਮ ਨਹੀਂ ਹੋਇਆ, ਉਹਨੇ ਆਪਣੀ ਔਕਾਤ ਦਿਖਾਈ, ਮੇਰਾ ਥੋੜ੍ਹਾ ਕੁਛ ਗਿਆ, ਉਹਦਾ ਕੱਟਿਆ, ਮੇਰਾ ਨਹੀਂ ਕੱਟਿਆ, ਕਦੀ ਜ਼ੁਲਮ ਕਰਨ ਵਾਲਾ ਅੱਜ ਤੱਕ ਜ਼ਿੰਦਗੀ 'ਚ ਕਦੀ ਨਹੀਂ ਵੱਡਾ ਆਇਆ। ਔਰੰਗਜ਼ੇਬ ਸੀ, ਬੜਾ ਤਕੜਾ ਸੀਗਾ, ਰਾਵਣ ਸੀ, ਬੜਾ ਤਕੜਾ ਸੀਗਾ, ਬੜਾ ਜ਼ੁਲਮ ਕਰਦਾ ਸੀ, ਬੜੇ ਲੋਕਾਂ ਨੂੰ ਮਾਰਦਾ ਸੀਗਾ, ਅਤੇ ਇਹਦਾ ਮਤਲਬ ਇਹ ਤਾਂ ਨਹੀਂ ਵੱਡੇ ਹੋ ਗਏ, ਆਖਿਰ ਸਾਰੇ ਖਤਮ ਹੋ ਜਾਣੇ, ਮੈਂ ਵੀ ਜਾਣਾ ਕਿਸੇ ਨਾ ਕਿਸੇ। ਸਰ ਅੱਜ ਜਿਵੇਂ ਕਿ ਸਭ ਨੂੰ ਪਤਾ ਕਿ ਕੋਰੋਨਾ ਦਾ ਦੌਰ ਚੱਲ ਰਿਹਾ, ਲੋਕ ਹਰ ਜਗ੍ਹਾ ਮਰ ਰਹੇ ਨੇ ਅਤੇ ਲੋਕਾਂ ਦੀ ਜ਼ਿੰਦਗੀ ਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ, ਉੱਥੇ ਸਾਡੇ ਲੀਡਰ ਜਿਨ੍ਹਾਂ ਨੂੰ ਅਸੀਂ ਖੁਦ ਚੁਣਿਆ, ਉਹੀ ਸਰ
ਸੇਵਾ ਕਰਨੀ ਬਹੁਤ ਜ਼ਰੂਰੀ ਆ। ਉਹਦਾ ਕਾਰਨ ਕੀ ਆ, ਜੇ ਸੇਵਾ ਕਰਾਂਗੇ ਨਾ ਰੰਗ ਤਾਂ ਲੱਗਣਾ, ਨਹੀਂ ਤਾਂ ਨਹੀਂ ਲੱਗਣਾ। ਜੇ ਬੰਦਾ ਕੋਈ ਸੋਚੇ ਕਿ ਬਗੈਰ ਸੇਵਾ ਤੋਂ ਕੁਛ ਕਰ ਲਾਂਗੇ, ਬਿਲਕੁਲ ਨਹੀਂ। ਸਭ ਤੋਂ ਪਹਿਲਾਂ ਆਪਣੇ ਘਰ ਮਾਂ ਪਿਓ ਦੀ ਸੇਵਾ, ਫਿਰ ਜਾ ਕੇ ਆਪਣੀ ਗਲੇ ਮਲੇ ਦੀ ਸੇਵਾ, ਫਿਰ ਉਸ ਤੋਂ ਬਾਅਦ ਅਗਲੀ ਸੇਵਾ ਕਰਨੀ ਪੈਂਦੀ ਹੈ। ਸੋ ਜਾਂਦੇ ਜਾਂਦੇ ਇਹ ਪੁੱਛਣਾ ਚਾਹਾਂਗੀ, ਹੋਈ ਇਹ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਸਮਝਦਾ ਕਿ ਇੱਕ ਲੀਡਰੀ ਦਾ ਡਿਗਾਜ ਤੋਂ ਗੁੰਡਾ ਤੰਤਰ ਵਾਲੇ ਬੰਦੇ, ਜਿਹੜੇ ਗੁੰਡਾਗਰਦੀ ਵਾਲੇ ਬੰਦੇ, ਜੇ ਸਿਆਸਤ ਦੇ ਵਿੱਚ ਉੱਤੇ ਆ ਜਾਣਗੇ ਤਾਂ ਲੋਕ ਤੰਗ ਬਹੁਤ ਹੋਣਗੇ। ਅਤੇ ਇਹ ਤੰਗ ਕਿਹਦਾ ਜ਼ਿੰਮੇਵਾਰ, ਲੋਕਾਂ ਨੂੰ ਆਪ ਲਾਉਣਾ ਪੈਣਾ, ਦੂਜੇ ਨੇ ਨਹੀਂ ਲਾਉਣਾ। ਦੇਖੋ ਕੋਈ ਨਹੀਂ, ਟਾਈਮ ਆ ਗਿਆ, ਜੇ ਲੋਕ ਆਪ ਆਜ਼ਾਦ ਹੋਣਾ ਚਾਹੁੰਦੇ ਇਹਨਾਂ ਬੰਦਿਆਂ ਤੋਂ, ਤਾਂ ਫਿਰ ਲੋਕ ਖੜ੍ਹੇ ਹੋ ਜਾਣ। ਮੈਂ ਇਹਨੂੰ ਇੱਕ ਆਵਾਜ਼ ਦਿੱਤੀ ਸੀ, ਮੈਂ ਕਿਹਾ ਮੈਂ ਦੋ ਚਾਰ ਬੰਦਿਆਂ ਨੇ ਜਾਵਾਂਗਾ, ਪਰ ਜਦੋਂ ਲੋਕ ਖੜਨਗੇ ਨਾ ਤੇਰੇ ਖਿਲਾਫ, ਫਿਰ ਮੈਂ ਜ਼ਰੂਰ ਖੜਾਂ। ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਲੋਕ ਖੜਨ, ਕਿਉਂਕਿ ਲੋਕਤੰਤਰ ਹੈ, ਲੋਕ ਤਾਕਤ ਉੱਤੇ ਕੁਛ ਨਹੀਂ, ਅਸੀਂ ਉਹਦੇ ਅੱਗੇ ਕੁਛ ਮਤਲਬ ਮਿੱਟੀ ਸਮਾਨ ਆ ਜੇ ਸੰਗਤ ਦੀ ਗੱਲ ਕਰੀਏ। ਸੋ ਅਤੇ ਅਕਾਲੀ ਦਲ ਤੋਂ ਗੁਰਦੀਪ ਸਿੰਘ ਗੋਸ਼ਾ ਜੀ ਦੇ ਨਾਲ ਗੱਲਬਾਤ ਕੀਤੀ ਸੀ, ਜਿਵੇਂ ਕਿ ਉਹਨਾਂ ਕਿਹਾ ਕਿ ਇਹ ਮੰਦਭਾਗੀ ਘਟਨਾ ਹੋਈ ਹੈ ਜੋ ਵੀ ਹੋਈ ਹੈ, ਪਰ ਇਹਨਾਂ ਵਾਰ ਵਾਰ ਇਹ ਵੀ ਗੱਲ ਕਹੀ ਹੈ ਕਿ ਜਿੱਥੇ ਲੋਕ ਬੈਂਸ ਦੇ ਵਿਰੁੱਧ ਖੜਨਗੇ, ਲੋਕਾਂ ਦੀ ਉਸ ਭੀੜ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਬੈਂਸ ਦੇ ਵਿਰੁੱਧ ਹੀ ਖੜਨਗੇ। ਪਰ ਜੇਕਰ ਗੱਲ ਕਰ ਲਿੱਤੀ ਜਾਵੇ ਗੁਰਦੀਪ ਸਿੰਘ ਗੋਸ਼ਾ ਜਾਂ ਫਿਰ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਤੋਂ, ਉਸ ਘਟਨਾ ਤੋਂ ਬਾਅਦ ਵੀ ਇਹਨਾਂ ਦੋਨਾਂ ਵੱਲੋਂ ਵੀਡੀਓ ਸ਼ੇਅਰ ਕਰਕੇ ਇੱਕ ਦੂਜੇ ਨੂੰ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਮੁੜ ਤੋਂ ਵੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਤੁਹਾਡੇ ਰਿਸ਼ਤੇ ਦੇ ਵਿੱਚ ਇੱਕ ਬਹੁਤ ਗੰਦੀ ਵਾਲੀ ਖਟਾਸ ਆ ਚੁੱਕੀ ਹੈ। ਦੇਖੋ ਮੈਂ ਫਿਰ ਉਹਨੂੰ ਕਹਿੰਦਾ, ਇਸ ਮੰਚ ਰਾਹੀਂ ਕਹਿੰਦਾ ਕਿ ਮੇਰੀ ਕਿਸੇ ਨਾਲ ਪਰਸਨਲ ਦੁਸ਼ਮਣੀ ਨਹੀਂ, ਜਿੱਥੇ ਉਹ ਗਲਤ ਕਰੂਗਾ ਕੋਈ ਵੀ ਗਲਤ ਕਰੂਗਾ। ਰਵਨੀਤ ਸਿੰਘ ਬਿੱਟੂ ਜੀ ਨਹੀਂ ਸੀ ਸ਼ਹਿਰ ਦੇ ਵਿੱਚ, ਮੈਂ ਰੋਲਾ ਪਾਇਆ, ਆ ਗਏ ਨਾ, ਚਾਰ ਘੰਟੇ ਬਾਅਦ ਬਿੱਟੂ ਜੀ ਆ ਗਏ। ਕੋਈ ਵੀ ਸ਼ਹਿਰ ਦੇ ਵਿੱਚ, ਦੇਖੋ ਸਾਡਾ ਫਰਜ਼ ਬਣਦਾ, ਮੈਂ ਤਾਂ ਵਾਰ ਵਾਰ ਇਹ ਗੱਲ ਕੱਲਾ ਮੈਂ ਨਹੀਂ ਕਹਿੰਦਾ, ਸਮੁੱਚੀ ਦੁਨੀਆ ਕਹਿੰਦੀ ਹੈ ਕਿ ਲੀਡਰਾਂ ਨੂੰ ਅੱਜ ਖੜ੍ਹਨਾ ਚਾਹੀਦਾ ਅੱਜ ਔਖੀ ਘੜੀ ਦੇ ਵਿੱਚ। ਅੱਜ ਅੱਗ ਦੇ ਵਿੱਚ ਜੇ ਪਲਾਜ਼ਮਾ ਦੀ ਡਰਾਈਵ ਸ਼ੁਰੂ ਹੋਵੇ ਤਾਂ ਯੂਥ ਅਕਾਲੀ ਦਲ ਦੀ ਡਰਾਈਵ ਸ਼ੁਰੂ ਹੋਵੇ, ਠੀਕ ਹੈ, ਜੇ ਆਕਸੀਜਨ ਦੀ ਗੱਲ ਹੋਵੇ ਤਾਂ ਅਕਾਲੀ ਦਲ ਸ਼ੁਰੂ ਕਰੇ, ਤਾਂ ਇਹਨਾਂ ਨੂੰ ਕਿਉਂ ਡਰ ਲੱਗਦਾ ਹੈ? ਇਹ ਅੱਜ ਤੁਸੀਂ ਇਹ ਦੱਸੋ ਮੇਰੇ ਤੋਂ, ਪ੍ਰਿੰਕਾ ਜੀ ਤੁਸੀਂ ਬਹੁਤ ਸਿਆਣੇ ਹੋ, ਕਿ ਅੱਜ ਵਕਤ ਹੈ ਕਿਸੇ ਦੀ ਝੂਠੀ ਝੂਠੀ ਸ਼ਾਨ ਬਣਾਉਣ ਵਾਸਤੇ, ਝੂਠੀ ਗੱਲ ਦੇ ਉੱਤੇ ਸੜਕ ਮੂਰਤ ਕਰਨ ਦਾ, ਕਿ ਅੱਜ ਇਹ ਨਹੀਂ, ਇਹ ਨਹੀਂ ਦਿਲ ਕਰਦਾ ਕਿ ਹਸਪਤਾਲਾਂ ਦੇ ਗੇੜੇ ਲਾ ਜਾਣ, ਇਹ ਨਹੀਂ ਦਿਲ ਕਰਦਾ ਵੀ ਕੋਵਿਡ ਦੇ ਪੇਸ਼ੈਂਟ ਦੀ ਸੇਵਾ ਕੀਤੀ ਜਾਵੇ। ਨਜ਼ਰ ਨਹੀਂ ਸੀ ਆਇਆ ਜਦੋਂ ਕੋਰੋਨਾ ਦੌਰ ਤੇ ਸੀ ਚੱਲ ਰਿਹਾ ਸੀ, ਕੋਰੋਨਾ ਦੀ ਦੂਸਰੀ ਲਹਿਰ ਨੇ ਤੇਜ਼ੀ ਫੜਨੀ ਸ਼ੁਰੂ ਕੀਤੀ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਸਨ, ਉਦੋਂ ਨਹੀਂ ਸੀ ਪਤਾ ਲੱਗਿਆ? ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਤੇ ਜੇ ਆਇਆ ਗਾਈਡਲਾਈਨ ਜਾਰੀ ਹੋਈ ਤੇ ਨਾਲੋਂ ਨਾਲ ਹੀ ਅਸੀਂ ਆਕਸੀਜਨ ਦੇ ਲੰਗਰ ਸ਼ੁਰੂ ਕਰ ਦੇਣਾ, ਨਾਲੋਂ ਨਾਲ ਹੀ ਪਲਾਜ਼ਮਾ ਦੀ ਡਰਾਈਵ ਸ਼ੁਰੂ ਕਰ ਦੇਣਾ। ਇਹ ਸਵਾਲ ਤਾਂ ਇਹ ਦੱਸਣ ਨਾ, ਇਹ ਤੁਸੀਂ ਚੱਲ ਇੱਕ ਗੱਲ ਕਰੋ, ਆਹ ਮੰਚ ਬੈਠ ਸਿਮਰ ਬੈਸ ਆਵੇ, ਤੁਹਾਡੇ ਪ੍ਰੈਸ ਤੋਂ ਕਿਉਂ ਭੱਜਦਾ ਪਿਆ? ਪ੍ਰੈਸ ਤੋਂ, ਦੇਖੋ ਪ੍ਰੈਸ ਤੋਂ ਪਤਾ ਕਿਹੜਾ ਭੱਜਦਾ ਹੁੰਦਾ, ਭੱਜਣਾ ਕਿਹਨੂੰ ਕਹਿੰਦੇ ਜਿਹੜਾ ਪ੍ਰੈਸ ਤੋਂ ਭੱਜੇ? ਅੱਜ ਤੁਸੀਂ ਜਿਸ ਦਿਨ ਦਾ ਉਹਨੇ ਇਹ ਕਾਂਡ ਕੀਤਾ, ਆਵੇ ਕਿਸੇ ਪ੍ਰੈਸ ਕਰੂਗਾ, ਪਤਾ ਇਕੱਲੀ ਕਰੂਗਾ। ਮੈਂ ਉਹਨੂੰ ਚੈਲੰਜ ਕਰਦਾ ਕਿਸੇ ਵੀ ਚੈਨਲ, ਉਹਦਾ ਆਪਣਾ ਚੈਨਲ, ਉਹਦੀ ਆਪਣੀ ਫੇਸਬੁੱਕ, ਕੋਈ ਵੀ, ਕਿਉਂਕਿ ਉਹਨੇ ਦੋ ਤਿੰਨ ਚੈਨਲ ਆਪਣੇ ਵੀ ਬਣਾਏ ਹੋਏ ਆ, ਕੋਈ ਵੀ ਚੈਨਲ ਦੇ ਉੱਤੇ ਸਾਹਮਣੇ ਆਵੇ, ਮੇਰੇ ਸਾਹਮਣੇ ਬੈਠੇ, ਗੱਲਾਂ ਦਾ ਜਵਾਬ, ਗੱਲਾਂ ਤਰਕ ਨਾ ਦੇਵੇ, ਬਦਮਾਸ਼ੀ ਨਾ ਲਈ। ਮੈਂ ਗੱਲਾਂ ਦਾ ਜਵਾਬ ਗੱਲਾਂ ਨਾ ਦੇਣ ਨੂੰ ਤਿਆਰ ਹਾਂ। ਹਰ ਗੱਲ, ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੀ ਗੱਲ ਕਰੇ, ਸਮਾਜ ਦੇ ਵਿਕਾਸ ਦੀ ਗੱਲ ਕਰੇ, ਕੋਵਿਡ ਦੀ ਗੱਲ ਕਰੇ, ਮੇਰੀ ਪਰਸਨਲ ਗੱਲ ਕਰੇ, ਹਰ ਗੱਲ ਦਾ ਜਵਾਬ ਮੈਂ ਉਹਦੇ ਸਾਹਮਣੇ ਦਊਂਗਾ ਜੀ। ਸੋ ਇੱਕ ਕਹਿ ਸਕਦੇ ਕਿ ਡਿਬੇਟ ਲਈ ਲਲਕਾਰ ਹੈ ਜਿਹੜੀ ਕਿ ਗੁਰਦੀਪ ਸਿੰਘ ਗੋਸ਼ਾ ਵੱਲੋਂ ਸਿਮਰਜੀਤ ਸਿੰਘ ਬੈਂਸ ਨੂੰ ਮਾਰੀ ਗਈ ਹੈ, ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਦਾ ਦੌਰ ਚੱਲ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਆਂ ਨਵੀਆਂ ਗਾਈਡਲਾਈਨਸ, ਨਵੇਂ ਆਦੇਸ਼ ਰੋਜ਼ਾਨਾ ਜਿਹੜੇ ਕਿ ਜ਼ਾਹਰ ਕੀਤੇ ਜਾਂਦੇ ਨੇ, ਪਰ ਉਹਨਾਂ ਆਦੇਸ਼ਾਂ ਦੀ ਪਾਲਣਾ ਦੇ ਵਿੱਚ ਪਿਸਦੇ ਨਜ਼ਰ ਆ ਰਹੇ ਨੇ ਸਿਰਫ ਅਤੇ ਸਿਰਫ ਆਮ ਲੋਕ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਦਘਾਟਨ ਕੀਤਾ ਜਾਂਦਾ ਜੀ ਸੜਕਾਂ ਦੇ ਉੱਪਰ ਅਤੇ ਇੱਕ ਵੱਡਾ ਘੱਟ ਕੀਤਾ ਜਾਂਦਾ, ਸੋ ਪ੍ਰਸ਼ਾਸਨ ਨੂੰ ਵੀ ਇੱਕ ਸਵਾਲ ਪੁੱਛਣਾ ਇਹ ਬਣਦਾ ਕਿ ਆਖਿਰਕਾਰ ਇੱਥੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾਂਦੀ, ਆਖਿਰਕਾਰ ਇਹਨਾਂ ਦੇ ਪਰਚੇ ਕਿਉਂ ਨਹੀਂ ਕੱਟੇ ਜਾਂਦੇ। ਸੋ ਇਹ ਪ੍ਰਸ਼ਾਸਨ ਨੂੰ ਸਵਾਲ ਹੈ ਲੁਧਿਆਣਾ ਲਾਈਵ ਦੀ ਇਸ ਟੀਮ ਵੱਲੋਂ।